ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਰ ਤੋਂ ਪਹਿਲਾਂ ਤਾਂ ਭਗਤ ਕਬੀਰ ਜੀ ਦੇ ਜਿਹੜੇ ਪਾਵਨ ਜਨਮ ਦਿਵਸ ਜਿਹੜਾ ਉਹਨਾਂ ਦਾ ਪ੍ਰਕਾਸ਼ ਪਰਵ ਹੈ ਅੱਜ ਉਹਨਾਂ ਦੀਆਂ ਲੱਖ ਲੱਖ ਵਧਾਈਆਂ ਅਤੇ ਦੂਸਰਾ ਜਿਹੜਾ ਇੰਡੀਆ ਦੇ ਵਿੱਚ ਦਿਨ ਚੜ੍ਹ ਗਿਆ 6ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਵੀ ਪ੍ਰਕਾਸ਼ ਪਰਵ ਹੈ ਸਾਰੀ ਸੰਗਤ ਨੂੰ ਪੂਰੀ ਮਾਨਸ ਜਾਤ ਨੂੰ ਸਾਡੇ ਇਸ ਮੰਚ ਤੋਂ ਉਹਨਾਂ ਦੇ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਵਧਾਈਆਂ ਦਰਸ਼ਕੋ ਬਹੁਤ ਕੁਛ ਨਵਾਂ ਵਾਪਰ ਗਿਆ ਪਿਛਲੇ 24-25 ਘੰਟਿਆਂ 'ਚ 48 ਘੰਟਿਆਂ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰ ਲਵਾਂ ਚਾਹੇ ਕਸ਼ਮੀਰ ਦੇ ਲੀਡਰਸ ਜਿਹੜੀ ਮੀਟਿੰਗ ਹੈ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਾਹਰ ਆ ਗਏ ਹਾਲੇ ਬੜਾ ਕੁਛ ਕੁਛ ਦੇਖਣ ਨੂੰ ਮਿਲ ਬਾਹਰ ਨਹੀਂ ਆ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ ਕਿ ਉਹ ਪੂਰੀ ਸਟੇਟ ਬਣ ਜਾਏਗੀ ਇੱਕ ਚੀਜ਼ਾਂ ਮੈਂ ਕਲੀਅਰ ਕਰਦਾ ਕਿ ਜਿਹੜਾ ਲੱਦਾਖ ਏਰੀਆ ਉੱਤੋਂ ਅੱਡ ਕੀਤਾ ਗਿਆ ਸੀ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰਹੂਗਾ ਬਾਕੀ ਜੰਮੂ ਕਸ਼ਮੀਰ ਜਿਹੜਾ ਪੂਰਾ ਸਟੇਟ ਬਣ ਜਾਊਗਾ ਨਹੀਂ ਇਹ ਹਾਲੇ ਆਉਣ ਵਾਲਾ ਵਕਤ ਦੱਸੇਗਾ ਚਾਹੇ ਆਪਾਂ ਗੱਲ ਕਰ ਲਈਏ ਨਵੀਂ ਮੁੰਬਈ ਦੇ ਵਿੱਚ ਜਿਹੜਾ ਨਵਾਂ ਏਅਰਪੋਰਟ ਬਣ ਰਿਹਾ ਉਹਦੇ ਵਿੱਚ ਦਰਸ਼ਕੋ ਕਾਫੀ ਅੱਜ ਪ੍ਰੋਟੈਸਟ ਦੇਖਣ ਨੂੰ ਮਿਲਿਆ ਲੋਕਲ ਲੋਕਾਂ ਵੱਲੋਂ ਕਿਉਂਕਿ BJP ਵੱਲੋਂ ਉਹਦਾ ਨਾਮ ਜਿਹੜਾ ਹੈਗਾ ਕੋਈ ਉਹਨਾਂ ਦੇ ਸੀਨੀਅਰ ਲੀਡਰ DP ਪਾਟਲ ਦੇ ਉੱਤੇ ਰੱਖਣ ਨੂੰ ਪਰ ਲੋਕਲ ਲੋਕ ਜਿਹੜੇ ਆ ਬਾਲਾ ਸਾਹਿਬ ਠਾਕਰੇ ਦੇ ਨਾਮ ਉੱਤੇ ਪ੍ਰਸਤਾਵਿਤ ਕਰ ਰਹੇ ਨੇ ਅਤੇ 4 ਵਾਰੀਆਂ ਦੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਫਾਈਨਲੀ ਬਾਹਰ ਆ ਗਏ ਨੇ ਆਪਦੀ ਪੂਰੀ ਸਜ਼ਾ ਕੱਟ ਕੇ ਥੋੜ੍ਹੀ ਜਿਹੀ ਰਹਿੰਦੀ ਜਿਹੜੀ ਮਾਫ਼ ਕਰ ਦਿੱਤੀ ਗਈ ਆ ਰਾਜਨੀਤਿਕ ਤੌਰ 'ਤੇ ਕੀ ਚੇਂਜ ਆਵੇਗੀ ਕੀ ਬਦਲਾਵ ਆਊਗਾ ਉਹ ਆਉਣ ਵਾਲਾ ਵਕਤ ਦੱਸੇਗਾ ਦਰਸ਼ਕੋ ਕੋਟਕਪੁਰਾ ਗੋਲੀਕਾਂਡ ਦੇ ਵਿੱਚ ਸੀਨੀਅਰ ਬਾਦਲ ਸਾਹਿਬ ਤੋਂ ਬਾਅਦ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਪੁੱਛਗਿੱਛ ਲਈ ਸੱਦਿਆ ਗਿਆ ਹੈ 26 ਜੂਨ ਨੂੰ ਅਤੇ ਦਰਸ਼ਕੋ ਆਪਾਂ ਗੱਲ ਕਰਦੇ ਹਾਂ ਕਿ ਇੱਕ ਬਹੁਤ ਜਿਹੜੀ ਖਬਰ ਚੱਲ ਰਹੀ ਸੀ ਜ਼ਿਆਦਾਤਰ ਮੀਡੀਆ 'ਚ ਨਹੀਂ ਆਈ ਪਰ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਸੀ ਕਿ ਖਾਲਸਾ ਏਡ ਇੱਕ ਬਹੁਤ ਵੱਡੀ ਸੰਸਥਾ ਹੈ ਜਿਹੜੀ ਕਿ ਆਪਦਾ ਗਾਹਿਬ ਗਾਇਕੀ ਹਰ ਜਗ੍ਹਾ ਆਪਦਾ ਯੋਗਦਾਨ ਪਾਉਂਦੀ ਰਹਿੰਦੀ ਮਾਨਵਤਾ ਦੀ ਭਲਾਈ ਲਈ ਪਰ ਉਹਨਾਂ ਦਾ ਸਟਿੱਕਰ ਲੱਗਿਆ ਹੋਇਆ ਸਮਾਨ ਹਰਿਆਣਾ ਕਾਂਗਰਸ ਦੇ ਜਿਹੜੇ ਲੀਡਰ ਨੇ ਦੀਪਿੰਦਰ ਹੁੱਡਾ ਦੀ ਟੀਮ ਵੱਲੋਂ ਵੰਡਿਆ ਜਾਣਾ ਉਹ ਇੱਕ ਗੁੱਥੀ ਬਣਿਆ ਹੋਇਆ ਸੀਗਾ ਉਸ ਤੋਂ ਬਾਅਦ ਦਰਸ਼ਕੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਆਪਾਂ ਗੱਲ ਕਰਦੇ ਹਾਂ ਕਿ ਹਰ ਸਿਆਸੀ ਪਾਰਟੀ ਪੰਜਾਬ ਦੇ ਵਿੱਚ ਜ਼ਮੀਨ ਤਲਾਸ਼ ਰਹੀ ਹੈ ਕਿਸਾਨੀ ਅੰਦੋਲਨ ਦਾ ਮੁੱਦਾ ਵੀ ਪਿੱਛੇ ਰਹਿ ਗਿਆ ਹੁਣ ਗੱਲ ਇੱਥੇ ਆ ਰਹੀ ਹੈ ਕਿ ਕਿਹਨੂੰ ਕਿਹਦੇ ਨਾਲ ਜੱਫੀ ਪਵਾ ਕੇ ਕੁਰਸੀ ਲਈ ਜਾਵੇ ਦਰਸ਼ਕੋ ਅਫਵਾਹਾਂ ਇਹ ਵੀ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ 32-33 ਜਥੇਬੰਦੀਆਂ ਪੰਜਾਬ ਦੀਆਂ ਨੇ ਉਹ ਵੀ ਆਪਦੀ ਕੋਈ ਪਾਰਟੀ ਬਣਾ ਕੇ ਵੀ ਉਤਰ ਸਕਦੀਆਂ ਨੇ ਇਹ ਤਾਂ ਹਾਲੇ ਅਫਵਾਹਾਂ ਨੇ ਕਿਸੇ ਵੱਲੋਂ ਕੋਈ ਜੋ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦਾ ਕੋਈ ਵੀ ਪ੍ਰਤੀਕਿਰਿਆ ਹਾਲੇ ਸਾਹਮਣੇ ਨਹੀਂ ਆਈ ਹੈ ਕਾਂਗਰਸ ਦੇ ਵਿੱਚ ਜਿਹੜਾ ਪਿਆ ਕਲੇਸ਼ ਉਹਦੇ ਬਾਅਦ MLAs ਨੂੰ ਸੱਦਣਾ ਫਿਰ ਕੈਪਟਨ ਸਾਹਿਬ ਦਾ ਦਿੱਲੀ ਜਾਣਾ 3 ਮੈਂਬਰੀ ਕਮੇਟੀ ਨੂੰ ਮਿਲਣਾ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਇਨ ਬਿਟਵੀਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸਾਂ ਕਰਨਾ ਬਹੁਤ ਹੀ ਨਵੇਂ ਸੰਕੇਤ ਦਿੰਦੀਆਂ ਨੇ ਫਿਰ ਆਪਾਂ ਗੱਲ ਇਹ ਕਰ ਰਹੇ ਹਾਂ ਦਰਸ਼ਕੋ ਕਿ ਜਿਹੜੀਆਂ ਨਵੀਆਂ ਚੀਜ਼ਾਂ ਉੱਠ ਕੇ ਉੱਭਰ ਕੇ ਸਾਹਮਣੇ ਆਈਆਂ ਉਹਦੇ ਵਿੱਚ ਇੱਕ ਚੀਜ਼ ਨਵੀਂ ਚੀਜ਼ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਹਰ ਪਾਰਟੀ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਕੋਈ ਮੁੱਦਾ ਕੋਈ ਵਾਅਦੇ ਜਿਹੜੇ ਕਰਦੇ ਹੁੰਦੇ ਸੀ ਜੀ ਅਸੀਂ ਸੱਤਾ 'ਚ ਆਏ ਤਾਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਅਸੀਂ ਆਹ ਕਰਾਂਗੇ ਪਰ ਕੋਈ ਵੀ ਉਹ ਚੀਜ਼ਾਂ ਨਹੀਂ ਦੱਸ ਰਿਹਾ ਸਿਰਫ ਅਤੇ ਸਿਰਫ ਕਿਹਨੂੰ ਜੱਫੀ ਪਾ ਕੇ ਆਪਾਂ ਅੱਗੇ ਵਧਣਾ ਕਿੱਦਾਂ ਕੁਰਸੀ ਉਤਣੀ ਆ ਕਿੱਦਾਂ ਕੁਰਸੀ 'ਤੇ ਦੁਬਾਰਾ ਕਾਬਜ਼ 'ਚ ਹੋਣਾ ਹੈ ਇਹਦੇ ਵਾਲੀ ਕੰਸਨਟ੍ਰੇਸ਼ਨ ਜ਼ਿਆਦਾ ਹੈ ਹਰੇਕ ਇਹੀ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਅੱਜ ਵਿਚਾਰਾਂਗੇ ਅਤੇ ਤੁਹਾਡੇ ਵਿਚਾਰ ਵੀ ਲਵਾਂਗੇ ਇਸ ਚੀਜ਼ਾਂ ਨੂੰ ਵਿਚਾਰਨ ਲਈ ਸਾਡੇ ਨਾਲ ਇੱਕ ਬਹੁਤ ਹੀ ਸਪੈਸ਼ਲ ਗੈਸਟ ਇੰਡੀਆ ਤੋਂ ਬਣ ਗਏ ਨੇ ਉਹ ਸੀਨੀਅਰ ਪੋਲੀਟੀਕਲ ਐਨਾਲਿਸਿਸ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਪੇਰੇ ਕਹਿਣ ਤੋਂ ਭਾਵ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਜੁੜ ਗਏ ਨੇ ਮੋਹਾਲੀ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਮਾਲੀ ਸਾਹਿਬ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਓਪਨ ਪਲੇਟਫਾਰਮ ਜਸਟ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਬਹੁਤ ਬਹੁਤ ਧੰਨਵਾਦ ਸਾਡੇ ਤੁਹਾਡੀ ਸਾਰੀ ਟੀਮ ਨੂੰ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਆਪਣੇ ਮਾਲੀ ਸਾਹਿਬ ਸਿਹਤ ਠੀਕ ਹੈ ਪਰਿਵਾਰ ਠੀਕ ਹੈ ਜੀ ਸਭ ਚੜ੍ਹਦੀ ਕਲਾ ਜੀ ਕਿਰਪਾ ਸੱਚੇ ਪਾਤਸ਼ਾਹ ਜੀ ਚਲੋ ਸ਼ੁਕਰ ਮਾਲੀ ਸਾਹਿਬ ਤੁਸੀਂ ਹੁਣ ਲੇਟੈਸਟ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਹਰ ਰਾਜਨੀਤਿਕ ਪਾਰਟੀ ਉਹ ਕਿਸਾਨੀ ਅੰਦੋਲਨ ਵੀ ਥੋੜ੍ਹਾ ਪਿੱਛੇ ਰਹਿੰਦਾ ਜਾਂਦਾ ਜਾਂ ਕੀਤਾ ਜਾ ਰਿਹਾ ਮੈਨੂੰ ਨਹੀਂ ਪਤਾ ਇਸ ਚੀਜ਼ ਦਾ
ਉਹ ਕੋਈ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਸੀ ਜਾਂ ਅਕਾਲੀ ਵੀ ਪਹਿਲਾਂ ਕਰਦੇ ਹੁੰਦੇ ਸੀ ਵੀ ਜੇ ਅਸੀਂ ਆ ਗਏ ਤਾਂ ਅਸੀਂ ਆ ਕਰਾਂਗੇ, ਉਹ ਕੋਈ ਵਾਅਦੇ ਕੋਈ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਵਾਸਤੇ ਕੋਈ ਗੱਲ ਨਹੀਂ ਕਰ ਰਹੇ, ਉਹ ਸਿਰਫ ਤੇ ਸਿਰਫ ਗੱਲ ਕਰ ਰਹੇ ਕਿ ਅਸੀਂ ਕਾਬਜ਼ ਕਿੱਦਾਂ ਹੋਣਾ ਹੈ, ਕੁਰਸੀ 'ਤੇ ਕਿੱਦਾਂ ਆਉਣਾ ਹੈ। ਉਹਦੇ ਵਿੱਚ ਫਿਰ ਮੁੱਦੇ ਜਿਹੜੇ ਉਹ ਪਿੱਛੇ ਰਹਿ ਗਏ, ਤੁਹਾਨੂੰ ਨਹੀਂ ਲੱਗਦਾ? ਮੇਰਾ ਕੁਐਸਚਨ ਇਹਨਾਂ ਚੀਜ਼ਾਂ 'ਤੇ ਹੈਗਾ, ਤੁਸੀਂ ਇਸ ਚੀਜ਼ 'ਤੇ ਥੋੜ੍ਹਾ ਚਾਨਣਾ ਪਾਓ ਅਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ। ਦੇਖੋ ਜੀ, ਅਸਲ ਗੱਲ ਇਹ ਆ ਜੀ, ਦੁਨੀਆ ਭਰ ਦੇ ਵਿੱਚ ਇਹ ਸੰਕਟ ਆ ਜਿਹੜਾ ਉੱਭਰ ਕੇ ਆਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੀ, ਚਾਹੇ ਉਹ ਕੋਰੋਨਾ ਦੇ ਨਾਲ ਜੋੜ ਕੇ ਦੇਖ ਲਓ ਤੁਸੀਂ, ਆਰਥਿਕਤਾ ਨਾਲ ਜੋੜ ਕੇ ਦੇਖ ਲਓ ਜੀ, ਜੀ ਖੇਤੀ ਨਾਲ ਜੋੜ ਕੇ ਦੇਖ ਲਓ, ਭਾਰਤ ਦੇ ਵਿੱਚ ਬਹੁਤ ਗੰਭੀਰ ਹਾਲਤ ਬਣੀ ਹੋਈ ਆ ਜੀ। ਜਦੋਂ ਦੀ ਮੋਦੀ ਸਰਕਾਰ ਆਈ ਆ, ਜਿੰਨਾ ਬੇਰਹਿਮੀ ਨਾਲ ਇਹਨਾਂ ਨੇ ਮਤਲਬ ਸੰਵਿਧਾਨ ਨੂੰ ਬਦਲਿਆ, ਪੈਰਾਂ ਹੇਠ ਰੋਲਿਆ, ਜਿੰਨੀਆਂ ਸੰਸਥਾਵਾਂ ਸੀ ਉਹਨਾਂ ਦੇ ਪ੍ਰੋਟੋਕੋਲ ਨੇ ਜਿਹੜੇ ਉਹਨਾਂ ਨੂੰ ਤੋੜਿਆ, ਜਿਹਦੇ ਵਿੱਚ ਜੰਮੂ ਕਸ਼ਮੀਰ ਇੱਕ ਰਾਜ ਦਾ ਦਰਜਾ ਹੀ ਖਤਮ ਕੀਤਾ, ਖੇਤੀ ਕਾਨੂੰਨ ਲਿਆਂਦੇ ਨੇ, ਇਹਦੇ ਬਹੁਤ ਮਸਲੇ ਆ ਗਏ ਜਿਹਨੇ ਸਾਡੇ ਸਾਹਮਣੇ ਸਵਾਲ ਇਹ ਉਠਾਤਾ ਕਿ ਜਿਵੇਂ ਦੇਸ਼ ਨੂੰ ਚਲਾਇਆ ਜਾ ਰਿਹਾ, ਕੀ ਇਹ ਸਹੀ ਤਰੀਕੇ ਨਾਲ ਚਲਾਇਆ ਜਾ ਰਿਹਾ ਜਾਂ ਬਹੁਤ ਕੁਛ ਬਦਲਣ ਦੀ ਲੋੜ ਆ ਜੀ 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 ਜੀ। ਸੋ ਸਾਰੇ ਦੇਸ਼ ਦੇ ਸਾਹਮਣੇ ਇੱਕ ਤਾਂ ਇਹ ਸਵਾਲ ਆ, ਦੂਜਾ ਸਵਾਲ ਇਹ ਆ ਵੀ ਇਹ ਦੇਸ਼ ਆ, ਕਈ ਦੇਸ਼ਾਂ ਦਾ ਦੇਸ਼ ਬਣਿਆ ਹੋਇਆ ਜੀ, ਯੂਨੀਅਨ ਆਫ ਸਟੇਟਸ ਜਿਹਨੂੰ ਕਿਹਾ ਜਾਂਦਾ, ਵੱਖ ਵੱਖ ਸੂਬਿਆਂ ਦੇ ਵੀ ਹਾਲਤ ਵੱਖੋ ਵੱਖਰੇ ਨੇ, ਵੱਖੋ ਵੱਖਰੀ ਤਰ੍ਹਾਂ ਸੰਕਟ ਜਿਹੜਾ ਸਾਹਮਣੇ ਆ ਰਿਹਾ, ਪ੍ਰਚਲਿਤ ਸਿਆਸਤ ਜੇ ਤੁਸੀਂ ਪੰਜਾਬ ਦੇ ਪ੍ਰਸੰਗ 'ਚ ਕਹੋ ਫੇਲ ਹੋ ਚੁੱਕੀ ਆ ਜੀ, ਭਾਰਤ ਦੇ ਪ੍ਰਸੰਗ 'ਚ ਵੀ ਫੇਲ ਹੋ ਚੁੱਕੀ ਆ ਜੀ, ਇਸ ਕਰਕੇ ਸਿਆਸਤ ਨੂੰ ਬਦਲਣ ਦਾ ਏਜੰਡਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ ਜੀ 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 ਜੀ। ਪੰਜਾਬ ਦੀ ਹਾਲਤ ਬਾਕੀ ਮੁਲਕ ਨਾਲੋਂ ਵੱਖਰੀ ਆ ਜੀ ਜੀ, ਜਿਵੇਂ ਬਾਕੀ ਮੁਲਕ ਦੇ ਵਿੱਚ ਇੱਕ ਰੌਂ ਬਣ ਜਾਂਦਾ ਨਾ ਜੀ, ਪੰਜਾਬ ਕਿਉਂਕਿ ਵਿਕਾਸ ਦੇ ਇੱਕ ਦੌਰ ਤੋਂ ਸੰਕਟ ਖੁਸ਼ਹਾਲੀ ਦਾ ਦੌਰ ਹੰਢਾ ਕੇ ਜਿਹਨੂੰ ਆਪਾਂ ਕਹਿਦੀਏ ਜੀ, ਇਹਦੀਆਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਆਈਆਂ, ਇੱਥੇ ਵੱਖਰੀ ਤਰ੍ਹਾਂ ਦੀ ਸਿਆਸਤ ਦੀ ਲੋੜ ਆ ਜੀ 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 ਜੀ। ਜੋ ਕਿਸਾਨ ਅੰਦੋਲਨ ਨੇ ਇਹ ਸਾਬਤ ਕਰਤਾ ਵੀ ਪ੍ਰਚਲਿਤ ਪਾਰਟੀਆਂ ਦੀ ਸਿਆਸਤ ਆ ਜਿਹੜੀ ਲੋਕਾਂ ਦੇ ਦੁੱਖਾਂ ਦਾ ਹੱਲ ਨਹੀਂ ਕਰ ਸਕਦੀ, ਨਹੀਂ ਕਰ ਸਕਦੀ, ਖਾਸ ਕਰਕੇ ਉਹਨਾਂ ਨੇ ਫੈਡਰਲਿਜ਼ਮ ਦਾ ਮੁੱਦਾ ਉਭਾਰਿਆ ਜੀ, ਕਿ ਫੈਡਰਲਿਜ਼ਮ ਨੂੰ ਤਬਾਹ ਕੀਤਾ ਗਿਆ, ਖੇਤੀ ਕਾਨੂੰਨਾਂ ਦਾ ਵੀ ਉਹਤੇ ਹਮਲਾ ਜੀ ਜੀ ਜੀ। ਮਾਲੀ ਸਾਹਿਬ, ਸਮੱਸਿਆ ਇਹ ਆ ਜੀ ਜੀ ਵੀ ਸਾਰੀਆਂ ਸਿਆਸੀ ਪਾਰਟੀ ਨੇ ਜਿਹੜੀਆਂ, ਚਾਹੀਦਾ ਤਾਂ ਇਹ ਆ ਵੀ ਬਦਲੀ ਹਾਲਤ ਦੇ ਵਿੱਚੋਂ ਨਵੀਆਂ ਨੀਤੀਆਂ, ਨਵੇਂ ਵਿਚਾਰ, ਨਵੇਂ ਫੈਸਲਿਆਂ ਨੂੰ ਸਾਹਮਣੇ ਲੈ ਕੇ ਆਉਣ, ਉਸ ਰਾਹ ਪੈਣ ਨੂੰ ਕੋਈ ਵੀ ਸਿਆਸੀ ਪਾਰਟੀ ਤਿਆਰ ਨਹੀਂ, ਤੇ ਕੋਸ਼ਿਸ਼ ਉਹਨਾਂ ਦੀ ਇਹ ਆ ਵੀ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਆ ਪੰਜਾਬ ਤੇ ਪਊਗਾ, ਜਿਹੜਾ ਪੈਣ ਦੀ ਭਾਵਨਾ ਉਹਨੂੰ ਡਿਲਿਊਟ ਕਿਵੇਂ ਕੀਤਾ ਜਾਵੇ, ਉਹਨੂੰ ਸਾਈਡ ਟ੍ਰੈਕ ਕਿਵੇਂ ਕੀਤਾ ਜਾਵੇ ਜੀ ਜੀ। ਮੈਂ ਉਹੀ ਕਹਿਣ ਵਾਲੀ ਸਾਹਿਬ ਕਿ ਉਹ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਅੱਜ ਕੱਲ੍ਹ, ਜੇ ਤੁਸੀਂ ਪਿਛਲੇ 48 ਜਾਂ 70 ਘੰਟਿਆਂ ਦੀ ਦੇਖ ਲਓ ਨਾ, ਤੇ ਉਸ ਚੀਜ਼ ਨੂੰ ਤਾਂ ਕੋਈ ਮੈਂਸ਼ਨ ਹੀ ਨਹੀਂ ਕਰ ਰਿਹਾ, ਸਿਰਫ ਇਹ ਕਹਿ ਰਿਹਾ ਕਿ ਸਿਆਸੀ ਗਲਵੱਕੜੀਆਂ ਕਿੱਦਾਂ ਪਾਈਆਂ ਜਾਣ ਅਤੇ ਕੁਰਸੀ 'ਤੇ ਮੁੜ ਕੇ ਕਿੱਦਾਂ ਕਾਬਜ਼ ਹੋਇਆ ਜਾਵੇ। ਮਾਲੀ ਸਾਹਿਬ, ਮੇਰਾ ਨਾ ਇੱਕ ਕੁਐਸਚਨ ਆ ਇਸ ਚੀਜ਼ ਤੋਂ ਹਟ ਕੇ, ਮਾੜਾ ਜਿਹਾ ਉਸ ਚੀਜ਼ 'ਤੇ ਚਾਨਣਾ ਪਾਓ, ਲੋਕਾਂ ਦੇ ਕੁਐਸਚਨ ਇਹਦੇ ਵਿੱਚ ਜ਼ਰੂਰ ਹੈ ਕਿ ਖਾਲਸਾ ਏਡ ਦਾ ਸਮਾਨ ਦਾ ਠੱਪਾ ਲੱਗਿਆ ਹੋਇਆ, ਛੋਟੇ ਮੋਟੇ ਸਮਾਨ ਜੋ ਵੀ ਘਰਾਂ 'ਚ ਯੂਜ਼ ਕਰਨ ਵਾਲੇ ਹੁੰਦੇ ਆ, ਪਰ ਉਹਨੂੰ ਵੰਡ ਜਿਹੜੀ ਆ, ਦੀਪਿੰਦਰ ਹੁੱਡਾ ਜਿਹੜੇ ਕਾਂਗਰਸ ਦੇ ਲੀਡਰ ਨੇ, ਮਾਣਯੋਗ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਨੇ ਉਹ, ਅਤੇ ਉਹ ਸਾਂਸਦ ਨੇ, ਉਹਨਾਂ ਦੀ ਟੀਮ ਦੀਪਿੰਦਰ ਟੀਮ ਦੀਪਿੰਦਰ ਉਹ ਵੰਡ ਰਹੀ ਪਿੰਡਾਂ ਦੇ ਵਿੱਚ। ਹੁਣ ਖਾਲਸਾ ਏਡ ਕੁਐਸਚਨ ਇਹ ਖੜਾ ਹੁੰਦਾ, ਖਾਲਸਾ ਏਡ ਤਾਂ ਆਪਦੇ ਵਾਲੰਟੀਅਰਾਂ ਦੇ ਥਰੂ ਵੰਡਦੇ ਸਮਾਨ, ਇਹ ਕਾਂਗਰਸ ਕੋਲ ਕਿੱਦਾਂ ਆ ਗਿਆ? ਕਿਉਂਕਿ ਮੰਗ ਹੋਈ ਉੱਠੀ, ਦੂਜੀਆਂ ਪਾਰਟੀਆਂ ਵੀ ਚਾਹੁੰਦੀਆਂ ਕਿ ਅਸੀਂ, ਸਾਨੂੰ ਵੀ ਦਿੱਤਾ ਜਾਵੇ ਜੇ ਖਾਲਸਾ ਏਡ ਇੱਕ ਪਾਰਟੀ ਨੂੰ ਦਿੰਦੀ ਹੈ ਤਾਂ। ਪਰ ਇਹ ਦੱਸੋ ਕਿ ਵਾਕਈ ਇਹ ਪੋਲੀਟੀਕਲ ਜਿਹੜਾ ਏਜੰਡਾ ਇਹ ਉੱਥੇ ਸਾਹਮਣੇ ਆ ਰਿਹਾ ਜਾਂ ਕੋਈ ਹੋਰ ਚੱਕਰ ਇਹਦੇ ਵਿੱਚ? ਦੇਖੋ ਜੀ, ਖਾਲਸਾ ਏਡ ਪਿਛਲੇ ਸਮੇਂ ਦੌਰਾਨ ਇੱਕ ਬਹੁਤ ਵੱਡੀ ਸੰਸਥਾ ਵਜੋਂ ਉੱਭਰੀ ਹੈ ਜੀ ਜੀ ਜੀ, ਜਿਹਦੇ ਬਾਰੇ ਇਹ ਆਮ ਤੌਰ 'ਤੇ ਸਮਝਿਆ ਜਾਂਦਾ ਕਿ ਜੋ ਵੀ ਉਹਨੇ ਕੰਮ ਕੀਤੇ ਨੇ ਉਹਦੇ ਨਾਲ ਸਿੱਖਾਂ ਦਾ ਮਾਨ ਸਨਮਾਨ ਸਿੱਖਾਂ ਦੇ ਵਿੱਚ ਖਾਸ ਕਰਕੇ ਅਤੇ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਉੱਚਾ ਹੋਇਆ ਜੀ ਜੀ, ਜਿਹੜੀ ਸੇਵਾ ਭਾਵਨਾ ਦਾ ਸੰਕਲਪ ਆ ਸਾਡਾ, ਚਾਹੇ ਉਹ ਲੰਗਰ ਦਾ ਸੰਕਲਪ ਆ, ਸੰਗਤ ਪੰਗਤ ਦਾ ਸੰਕਲਪ ਆ ਜੀ ਜੀ, ਜਾਂ ਘਾਲ ਖਾਏ ਕੁਛ ਹੱਥੋਂ ਦੇ ਜੀ, ਨਾਨਕ ਰਾਹ ਪਛਾਣੇ ਸੇ, ਸਿੱਖ ਕਮਿਊਨਿਟੀ ਆ ਜਿਹੜੀ ਪਿਛਲੇ ਸਮੇਂ 'ਚ ਬਹੁਤ ਬੁਰੀ ਤਰ੍ਹਾਂ ਦੱਬੀ ਗਈ ਆ, ਲਤਾੜੀ ਗਈ ਆ, ਭਟਕਾਈ ਗਈ ਆ ਜੀ, ਉਹਦੇ ਵਿੱਚੋਂ ਆਹ ਜਿਹੜਾ ਸੇਵਾ ਦਾ ਸੰਕਲਪ ਉੱਭਰਿਆ, ਲੋਕਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਿਹਦੇ ਵਿੱਚ ਸ਼ਰਧਾ ਜਿਹੜਾ ਉਹ ਇੱਕ ਐਲੀਮੈਂਟ ਆ। ਦੇਖੋ ਸਾਡੀ ਸਾਡਾ ਜਿਹੜਾ ਪ੍ਰਵਚਨ ਆ ਪੰਜਾਬ ਦਾ, ਈਵਨ ਅਸੀਂ ਅਰਦਾਸ ਦੇ ਵਿੱਚ ਵੀ ਦੋ ਵਾਰ ਕਹਿੰਦੇ ਹਾਂ, ਵਸਾਦਾਨ ਤੇ ਭਰੋਸਾਦਾਨ, ਵਸਾਦਾਨ ਤੇ ਭਰੋਸਾ ਜੀ 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 ਜੀ। ਸੋ ਇਸ ਕਰਕੇ ਭਰੋਸੇ ਵਾਲੀ ਵੱਡੀ ਗੱਲ ਹੁੰਦੀ ਆ, ਪਰ ਇਦੋਂ ਵੀ ਵੱਡੀ ਗੱਲ ਇਹ ਹੁੰਦੀ ਆ ਕਿ ਜੋ ਵੀ ਕੋਈ ਸੰਸਥਾ, ਜੋ ਵੀ ਕੋਈ ਵਿਅਕਤੀ ਆ,
ਉਹਨੇ ਇਸ ਭਰੋਸੇ ਨੂੰ ਕਾਇਮ ਰੱਖਣਾ ਹੁੰਦਾ ਜੀ। ਇਹ ਭਰੋਸਾ ਕਾਇਮ ਤਾਂ ਹੀ ਰੱਖਿਆ ਜਾ ਸਕਦਾ ਜੇ ਉਹਦੀ ਕਾਰਜਸ਼ੈਲੀ ਦੇ ਵਿੱਚ ਪਾਰਦਰਸ਼ਤਾ ਹੋਊ, ਜੋ ਕੁਛ ਹੋਊ ਉਹ ਲੋਕਾਂ ਦੇ ਸਾਹਮਣੇ ਸਪਸ਼ਟ ਹੋਊ। ਜੀ ਜੀ ਜੀ। ਪਿਛਲੇ ਸਮੇਂ 'ਚ ਰਵੀ ਸਿੰਘ ਦੀ ਜਿਹੜੀ ਖਾਲਸਾ ਏਡ ਆ ਉਹਦੇ ਬਾਰੇ ਬੜੇ ਗੰਭੀਰ ਸਵਾਲ ਉਠਾਏ ਗਏ ਨੇ ਜੀ ਜੀ ਜੀ। ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੱਜਾ ਹੱਥ ਕੀ ਕਰ ਰਿਹਾ, ਖੱਬਾ ਹੱਥ ਕੀ ਕਰ ਰਿਹਾ। ਜੀ ਜੀ ਜੀ। ਕਿਹਾ ਇਹ ਜਾਂਦਾ ਕਿ ਖਾਲਸਾ ਏਡ ਰਾਹੀਂ ਬਹੁਤ ਸਾਰੀਆਂ ਸਮਾਜ ਸੰਸਥਾਵਾਂ ਨੇ ਜਿਹੜੀਆਂ ਜਾਂ ਵੱਡੀਆਂ ਜਿਹਨੂੰ ਆਪਾਂ ਕਹਿੰਦੇ ਸੰਸਥਾਵਾਂ ਨੇ, ਪੂੰਜੀਪਤੀ ਸੰਸਥਾਵਾਂ ਨੇ, ਖਾਲਸਾ ਏਡ ਰਾਹੀਂ ਉਹ ਆਪਦਾ ਸਹਾਇਤਾ ਦਿੰਦੀਆਂ ਨੇ। ਜੀ 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 ਜੀ। ਜਿਵੇਂ ਹੁਣੇ ਤੁਹਾਡੇ ਇੰਗਲੈਂਡ ਤੋਂ ਇੱਕ ਜਹਾਜ਼ ਆਇਆ ਜੀ, ਮਤਲਬ ਆਕਸੀਜਨ ਦੇ ਕੰਟੇਨਰ ਆ ਜਿਹੜੇ ਉਹਦੇ ਵਿੱਚ ਭੇਜੇ ਗਏ ਕਨਸੈਂਟ੍ਰੇਟਰ। ਜੀ ਜੀ। ਖਾਲਸਾ ਏਡ ਉੱਥੇ ਹਾਜ਼ਰ ਰਹੇ ਨੇ ਤੇ ਪ੍ਰਭਾਵ ਇੱਕ ਇਹ ਗਿਆ ਵੀ ਖਾਲਸਾ ਏਡ ਇਹ ਭੇਜ ਰਹੀ ਆ। ਜੀ ਜੀ। ਜੇ ਤੁਸੀਂ ਉਹਦੀ ਹਕੀਕਤ ਦੇਖੋਗੇ ਉਹ ਕੰਟੇਨਰ ਦੇਣ ਵਾਲੀ ਸੰਸਥਾ ਹੋਰ ਆ, ਜਿਹੜੀ 에ਅਰਲਾਈਨ ਆ ਉਹਨੇ ਕਿਰਾਇਆ ਨਹੀਂ ਲਿਆ। ਹਾਂਜੀ, ਬ੍ਰਿਟਿਸ਼ ਏਅਰਵੇਜ਼ ਨੇ ਏਡ ਦੇ ਨਾਲ ਜੁੜ ਕੇ ਉਹ ਜਥੇਬੰਦੀਆਂ ਵੀ ਆਪਦਾ ਮਾਣ ਮਹਿਸੂਸ ਕਰਦੀਆਂ ਨੇ। ਅੱਛਾ ਜੀ ਜੀ। ਸਾਡਾ ਸਮਾਨ ਖਾਲਸਾ ਏਡ ਰਾਹੀਂ ਜਾ ਰਿਹਾ। ਜੀ 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 ਜੀ। ਇਹ ਪਹਿਲਾਂ ਹੋਇਆ, ਕੇਰਲਾ ਦੇ ਵਿੱਚ ਵੀ ਇਹੀ ਹੋਇਆ, ਬੰਗਲਾਦੇਸ਼ 'ਚ ਵੀ ਇਹੀ ਹੋਇਆ, ਅਸਾਮ ਦੇ ਵਿੱਚ ਵੀ ਇਹੀ ਹੋਇਆ। ਜੀ। ਕਿਸਾਨ ਅੰਦੋਲਨ ਦੌਰਾਨ ਤਾਂ ਇਹਨਾਂ ਨੂੰ ਕਹਿਣੀ ਪੈ ਗਿਆ ਵੀ ਸਾਨੂੰ ਨਾ ਪੈਸੇ ਦੀ ਲੋੜ ਆ, ਸਾਡੇ ਕੋਲ ਸਮਾਨ ਬਹੁਤ ਆ, ਸਮਾਨ ਦਿਓ ਅਸੀਂ ਤਰੀਕੇ ਨਾਲ ਵੰਡਾਂਗੇ। ਉੱਥੇ ਆਪਦਾ ਸਟicker ਲਾਉਂਦੇ ਨੇ। ਪਰ ਕਿਉਂਕਿ ਖਾਲਸਾ ਏਡ ਦਾ ਹਿਸਾਬ ਕਿਤਾਬ ਲੋਕਾਂ ਦੇ ਸਾਹਮਣੇ ਕਲੀਅਰ ਨਹੀਂ ਜੀ, ਇਸ ਕਰਕੇ ਬੜੇ ਸਵਾਲ ਉੱਠੇ ਨੇ ਜਿਨ੍ਹਾਂ ਨੂੰ ਸੰਬੋਧਨ ਹੋਣ ਦੀ ਲੋੜ ਆ। ਜੀ ਜੀ ਜੀ। ਮਾਲੀ ਸਾਹਿਬ, ਮਾਲੀ ਸਾਹਿਬ ਆਪਾਂ ਇੱਥੇ ਆਉਂਦੇ, ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ, ਬਹੁਤ ਸੋਹਣਾ ਇਲੈਬਰੇਟ ਕਰ ਰਹੇ ਨੇ ਸਾਰੀਆਂ ਚੀਜ਼ਾਂ 'ਤੇ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਕਾਫੀ ਜਿਹੜਾ ਲਾਕਡਾਊਨ ਹੈ ਉਹ ਖੁੱਲ੍ਹਦਾ ਜਾ ਰਿਹਾ ਹੈ, ਜੇ ਤੁਸੀਂ ਆਪਦੇ ਬਿਜ਼ਨਸ ਦੀ, ਕਿਉਂਕਿ ਹਰ ਇਦਾਰੇ ਨੂੰ, ਹਰ ਪ੍ਰੋਗਰਾਮ ਨੂੰ ਤੁਹਾਡੀ ਜੋ ਹੈ ਸਹਿਯੋਗ ਦੀ ਲੋੜ ਹੁੰਦੀ, ਜੇ ਤੁਸੀਂ ਚਾਹੁੰਦੇ ਹੋ ਜਸ ਪੰਜਾਬੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰੇ, ਜੇ ਤੁਸੀਂ ਆਪਦੇ ਬਿਜ਼ਨਸ 'ਚ ਵਾਧਾ ਕਰਨਾ ਚਾਹੁੰਦੇ ਹੋ ਜਾਂ ਕੋਈ ਇਵੈਂਟ ਕਵਰ ਕਰਾਉਣਾ ਚਾਹੁੰਦੇ ਹੋ, ਜ਼ਰੂਰ ਸਾਨੂੰ ਲਿਖੋ info@justbroadcasting.com ਜਾਂ 2094562 'ਤੇ ਜ਼ਰੂਰ ਸੰਪਰਕ ਕਰੋ। ਸਾਨੂੰ ਮਾਣ ਹੋਊਗਾ ਤੁਹਾਡਾ ਬਿਜ਼ਨਸ ਵਧਾ ਕੇ, ਤੁਹਾਡਾ ਇਵੈਂਟ ਜਿਹੜਾ ਕਵਰ ਕਰਕੇ। ਆਪਣੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ ਜੀ। ਮਾਲੀ ਸਾਹਿਬ, ਤੁਸੀਂ ਬੇਸਿਕਲੀ ਇਹ ਕਿਹਾ ਬ੍ਰੇਕ ਤੋਂ ਪਹਿਲਾਂ ਕਿ ਉਹ ਖਾਲਸਾ ਏਡ ਹੈ ਜਿਹੜੀ, ਉਹ ਆਪਦਾ ਸਮਾਨ ਜੇ ਕੋਈ ਸੰਸਥਾ ਮੰਗਦੀ ਹੈ ਤਾਂ ਸੰਸਥਾ ਮਾਣ ਮਹਿਸੂਸ ਕਰਦੀ ਹੈ ਕਿ ਅਸੀਂ ਇਹਨਾਂ ਦਾ ਖਾਲਸਾ ਏਡ ਦਾ ਸਮਾਨ ਵੰਡ ਲਿਆ ਅਤੇ ਇਹਨਾਂ ਸਾਡਾ ਵੀ ਮਾਣ ਵੱਧਦਾ ਹੈ। ਇਹ ਦਰਸ਼ਕਾਂ ਨੂੰ ਇਹ ਥੋੜ੍ਹਾ ਕਲੀਅਰ ਕਰਨਾ ਚਾਹੁੰਦਾ ਸੀ। ਐਮ ਆਈ ਕਲੀਅਰ? ਇਹ ਠੀਕ ਹੈ ਜੀ? ਨਹੀਂ, ਮੈਂ ਇਹ ਕਿਹਾ ਜੀ ਬਹੁਤ ਸਾਰੀਆਂ ਸੰਸਥਾਵਾਂ ਖਾਲਸਾ ਏਡ ਰਾਹੀਂ ਦਾਨ ਦੇਣਾ ਚਾਹੁੰਦੀਆਂ ਜੀ। ਇਹ ਵੱਖਰੀ ਗੱਲ ਆ ਵੀ ਉਹਨਾਂ ਦਾ ਸਮਾਨ ਲੈ ਕੇ ਵੰਡਣਾ, ਇਹ ਵੱਖਰਾ ਸਵਾਲ ਆ। ਬਹੁਤ ਸਾਰੀਆਂ ਸੰਸਥਾਵਾਂ ਦਾਨ ਖਾਲਸਾ ਏਡ ਨੂੰ ਦਿੰਦੀਆਂ ਨੇ ਆਪਦੇ ਕੋਲੋਂ ਕਿ ਸਾਡਾ ਸਮਾਨ ਖਾਲਸਾ ਏਡ ਰਾਹੀਂ ਲੋਕਾਂ ਦੇ ਵਿੱਚ ਜਾਵੇ, ਉਹ ਇਹ ਮਾਣ ਮਹਿਸੂਸ ਕਰਦੀਆਂ ਨੇ, ਉਹਨਾਂ ਤੇ ਖਾਲਸਾ ਏਡ ਦਾ ਸਟicker ਲੱਗਦਾ। ਪਰ ਸਮੱਸਿਆ ਪੈਦਾ ਉਦੋਂ ਹੁੰਦੀ ਆ ਜਦੋਂ ਖਾਲਸਾ ਏਡ ਦੀ ਜਿਹੜੀ ਕਾਰਜਸ਼ੈਲੀ ਆ, ਉਹਨਾਂ ਨੂੰ ਫੰਡ ਆਉਣ ਦਾ ਤੇ ਜਾਣ ਦਾ ਸਿਸਟਮ ਆ ਜਿਹੜਾ, ਉਹ ਸਾਡੇ ਸਾਹਮਣੇ ਕਲੀਅਰ ਨਹੀਂ ਹੁੰਦਾ। ਤਾਂ ਕਿਹਾ ਇਹ ਜਾਂਦਾ ਵੀ ਖਰਚਾ ਕਿਸੇ ਦਾ, ਪੈਸਾ ਕਿਸੇ ਦਾ, ਸਟicker ਖਾਲਸਾ ਏਡ ਦਾ। ਜਦੋਂ ਸਟicker ਲੱਗਦਾ ਫਿਰ ਲੋਕ ਸ਼ਰਧਾ ਨਾਲ ਹੋਰ ਫੰਡ ਦਿੰਦੇ ਨੇ, ਹੋਰ ਪੈਸੇ ਦਿੰਦੇ ਨੇ। ਸਭ ਤੋਂ ਵੱਡਾ ਗੰਭੀਰ ਸਵਾਲ ਤਾਂ ਇਹ ਆ ਗਿਆ ਕਿ ਖਾਲਸਾ ਏਡ ਇੱਕ ਹੈਗੀ ਹੈ, ਖਾਲਸਾ ਏਡ ਇੰਟਰਨੈਸ਼ਨਲ, ਇੰਗਲੈਂਡ ਦੀ ਇੱਕ ਖਾਲਸਾ ਏਡ ਆ, ਇੱਕ ਇੰਡੀਆ ਦੀ ਖਾਲਸਾ ਏਡ ਆ। ਜੀ ਜੀ। ਇੰਡੀਆ ਖਾਤਰ, ਪੰਜਾਬ ਖਾਤਰ ਲੋਕਾਂ ਨੇ ਬੜੇ ਵੱਡੇ ਪੱਧਰ ਤੇ ਫੰਡ ਦਿੱਤਾ, ਸਹਾਇਤਾ ਦਿੱਤੀ ਆ। ਜੀ ਜੀ। ਪਰ ਅੱਜ ਦੀ ਤਰੀਕ ਤੱਕ ਵੀ ਖਾਲਸਾ ਏਡ ਨੇ ਪੰਜਾਬ ਜਾਂ ਭਾਰਤ 'ਚ ਇੱਕ ਨਵਾਂ ਪੈਸਾ ਨਹੀਂ ਭੇਜਿਆ। ਜੀ ਜੀ। ਕਿਉਂਕਿ ਉਹਨਾਂ ਕੋਲੇ ਐਫਟੀਆਰਏ ਨਹੀਂ, ਪੈਸੇ ਨਹੀਂ ਭੇਜ ਸਕਦੇ ਉਹ। ਜੋ ਬ੍ਰਿਟੇਨ ਦੇ ਚੈਰੀਟੇਬਲ ਟਰੱਸਟ ਨੂੰ ਹਿਸਾਬ ਦਿੱਤਾ, 6 ਮਿਲੀਅਨ ਪਾਉਂਡ ਆ ਜਿਹੜਾ ਪੈਂਡਿੰਗ ਆ ਉਹਨਾਂ ਦੇ ਕੋਲੇ ਪਿਆ ਜੀ। ਤੋਂ ਇਹ ਹਿਸਾਬ ਕਿਤਾਬ 'ਚ ਪਾਰਦਰਸ਼ਤਾ ਨਾ ਹੋਣ ਕਰਕੇ, ਕਾਰਜਸ਼ੈਲੀ 'ਚ ਪਾਰਦਰਸ਼ਤਾ ਨਾ ਹੋਣ ਕਰਕੇ ਇਹ ਸਵਾਲ ਉੱਠਦੇ ਨੇ। ਚਾਹੀਦਾ ਇਹ ਆ ਵੀ ਇਹਨਾਂ ਸਵਾਲਾਂ ਦਾ ਗੰਭੀਰਤਾ ਨਾਲ ਜਵਾਬ ਦਿੱਤਾ ਜਾਵੇ, ਰੋਸ ਨਾ ਕੀਜੇ ਉੱਤਰ ਦੀਜੇ। ਪਰ ਜਦੋਂ ਵੀ ਕੋਈ ਸਵਾਲ ਉੱਠਦਾ ਤਾਂ ਉਹਦੇ ਮਗਰੇ ਜਿਹੜੇ ਸ਼ਰਧਾਲੂ ਲੋਕ ਨੇ ਉਹ ਪੈ ਜਾਂਦੇ ਨੇ, ਪੈ ਜਾਂਦੇ ਨੇ। ਤੁਸੀਂ ਕਰਕੇ ਦਿਖਾ ਦਿਓ, ਤੁਸੀਂ ਕਰਕੇ ਦਿਖਾ ਦਿਓ। ਆਪਣੇ ਨਾਲ ਕਾਲਰ ਜੁੜ ਗਿਆ, ਕਾਲ ਲੈ ਕੇ ਅੱਗੇ ਵਧਦੇ ਆ ਜੀ। ਤੁਸੀਂ ਓਨਰ ਹੋ? ਕੌਣ ਸਾਹਿਬ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ? ਕੌਣ ਸਾਹਿਬ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਸਿੰਘ ਪੰਨੂ ਬੋਲਦਾ ਜੀ। ਅਮਰੀਕ ਸਿੰਘ ਪੰਨੂ ਜੀ, ਆਪਣੇ ਨਾਲ ਮਾਲਵਿੰਦਰ ਸਿੰਘ ਮਾਲੀ ਬਣੇ ਹੋਏ ਨੇ, ਬਹੁਤ ਬਹੁਤ ਸਵਾਗਤ ਤੁਹਾਡਾ। ਕੋਈ ਕੁਐਸਚਨ? ਮੈਂ ਪਹਿਲਾਂ ਤੁਹਾਨੂੰ ਵੈਲਕਮ ਕਰਦਾ, ਇਹਨਾਂ ਦੇ ਬੜੇ ਪਹਿਲਾਂ ਵੀ ਇਹ ਵਿਚਾਰ ਵਟਾਂਦਰੇ ਵਿੱਚ ਇਹਨਾਂ ਨੂੰ ਸੁਣਦੇ ਹਾਂ
ਬੜੀ ਦਲੀਰ ਨਾਲ ਆਪਣਾ ਵਿਚਾਰ ਰੱਖਦੇ ਨੇ ਅਤੇ ਮੈਂ ਸੋਚਦਾ ਕਿ ਕੋਈ ਹੈ ਇਹਨਾਂ ਦੇ ਖਿਆਲ ਵਿੱਚ ਕਿ ਕਿਸਾਨਾਂ ਦੀ ਅਤੇ ਗਵਰਨਮੈਂਟ ਦੀ ਆਪਸ ਗੱਲਬਾਤ ਕਿਸ ਤਰੀਕੇ ਨਾਲ ਨਿਬੜ ਸਕਦੀ ਹੋਵੇ ਤਾਂ ਕਿ ਪੰਜਾਬ ਵਿੱਚ ਫਿਰ ਉਹ ਖੁਸ਼ਹਾਲੀ ਜਾਂ ਕੁਝ ਅਮਨ ਅਮਾਨ ਹੋ ਸਕਦਾ ਹੋਵੇ। ਜੀ 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 ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਮਾਲੀ ਸਾਹਿਬ, ਮੈਂ ਦੱਸਦਾ, ਸਰਦਾਰ ਅਮਰੀਕ ਸਿੰਘ ਪੰਨੂ ਨੇ ਜੀ ਇਹ ਇੱਥੇ ਇਹ ਪਹਿਲੇ ਪਗੜੀਧਾਰੀ ਜੋ ਹੈ ਟਰਾਂਸਪੋਰਟੇਸ਼ਨ ਜਿਹੜੀ ਸਰਕਾਰ ਵੱਲੋਂ ਬੱਸਾਂ ਚਲਾਈਆਂ, ਅਲਾਮੀਡਾ ਕਾਊਂਟੀ ਟਰਾਂਸਪੋਰਟੇਸ਼ਨ ਹੈ, ਪਹਿਲੇ ਪਗੜੀਧਾਰੀ ਡਰਾਈਵਰ ਲੱਗ ਕੇ ਰਿਟਾਇਰ ਹੋ ਚੁੱਕੇ ਨੇ ਔਰ ਆਪਦਾ ਵਿੱਚ ਚਾਂਦਰਾ ਕਰਦੇ ਰਹਿੰਦੇ ਨੇ। ਇਹਨਾਂ ਦਾ ਕੁਐਸਚਨ ਤਾਂ ਆਪਾਂ ਉਹਨੇ ਮਾਲੀ ਸਾਹਿਬ ਆਪਣਾ ਜਿਹੜਾ ਸਬਜੈਕਟ ਸੀ ਮੈਂ ਕਲੀਅਰ ਕਰਦਾ ਕਿ ਤੁਸੀਂ ਇਹ ਕਹਿ ਰਹੇ ਹੋ ਜਿਹੜਾ ਹੈ ਕਿ ਖਾਲਸਾ ਏਡ ਨੂੰ ਜਿਹੜੀ ਸਮਾਨ ਆ ਦੂਜੀਆਂ ਸੰਸਥਾਵਾਂ ਆਪਦੇ ਕੋਲੋਂ ਦਿੰਦੀਆਂ ਨੇ ਅਤੇ ਉਹ ਮਾਣ ਮਹਿਸੂਸ ਕਰਦੀਆਂ ਨੇ ਉਹਨਾਂ ਦਾ ਸਟਿੱਕਰ ਲਾ ਕੇ, ਅਤੇ ਬਾਕੀ ਜੋ ਹਿਸਾਬ ਕਿਤਾਬ ਦੀ ਗੱਲ ਆ ਆਪਾਂ ਉਹ ਤੁਸੀਂ ਬੜੀ ਚੰਗੀ ਤਰ੍ਹਾਂ ਕਲੀਅਰ ਕਰਤੀ। ਹੁਣ ਆਪਾਂ ਆਈਏ, ਜੇ ਤੁਸੀਂ ਇਸ ਚੀਜ਼ 'ਤੇ ਕੋਈ ਛੋਟਾ ਜਿਹਾ ਕੋਈ ਆਪਦਾ ਵਿਚਾਰ ਰੱਖਣਾ ਰੱਖੋ ਕਿਉਂਕਿ ਆਪਣੇ ਕੋਲ ਮੁੱਦੇ ਬਹੁਤ ਨੇ ਅੱਗੇ। ਤੋ ਮੇਰਾ ਤਾਂ ਬੇਨਤੀ ਇਹੀ ਆ ਜੀ ਵੀ ਜਜ਼ਬਾਤ ਤੇ ਸ਼ਰਧਾ ਇਹ ਸਿੱਖ ਭਾਈਚਾਰੇ ਦੀ ਇੱਕ ਪੂੰਜੀ ਆ। ਜੀ 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 ਜੀ, ਮਾਣ ਆ ਸਾਨੂੰ ਇਹ ਤੇ, ਪਰ ਸਾਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਕਿ ਸਾਡੇ ਜਜ਼ਬਾਤ ਤੇ ਸ਼ਰਧਾ ਉਹਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ, ਦੁਰਵਰਤੋਂ ਸਦਵਰਤੋਂ ਹੋਵੇ। ਜੀ ਜਿਵੇਂ ਦੇਖੋ ਜੀ, ਆਪਾਂ ਗੋਲਕ ਦੇ ਵਿੱਚ ਪੈਸੇ ਪਾਉਂਦੇ ਆ, ਜੀ ਜੀ ਜੀ, ਅਸੀਂ ਨਹੀਂ ਮੁੜ ਕੇ ਸੋਚਦੇ, ਪਰ ਗੋਲਕ ਦੇ ਪੈਸੇ ਦੀ ਸਦਵਰਤੋਂ ਹੋਵੇ, ਵਧੀਆ ਵਰਤੋਂ ਹੋਵੇ ਜੀ, ਇੱਥੇ ਜਿੱਥੇ ਵੀ ਕਿਤੇ ਵਧੀਆ ਕੰਮ ਅਸੀਂ ਕਰ ਸਕਦੇ ਆ, ਜੋ ਵੀ ਕੋਈ ਕਿਤੇ ਹੁਣ ਤਾਈ ਆ ਉਹਨੂੰ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਨੇ। ਆਪਣੜੇ ਗਿਰਵਾਨ ਮੇ ਸਿਰ ਨੀਵਾ ਕਰ ਦੇ ਜੀ, ਤੋ ਰੋਸ ਨਾ ਕੀਜੇ ਉੱਤਰ ਦੀਜੇ, ਇਹ ਭਾਵਨਾ ਵੀ ਸਾਤਾ ਸਾਡਾ, ਸਾਨੂੰ ਉਹ ਤੇ ਪੈਰਾ ਦੇਣਾ ਚਾਹੀਦਾ ਜੀ। ਜੀ 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 ਜੀ, ਮਾਲੀ ਸਾਹਿਬ ਬਹੁਤ ਸੋਹਣਾ ਐਲੈਬਰੇਟ ਕੀਤਾ, ਆਪਾਂ ਇਸ ਸਬਜੈਕਟ ਨੂੰ ਆਪਾਂ ਇੱਕ ਵਾਰ ਇੱਥੇ ਖੜਾ ਦਿੰਨੇ ਆ। ਮੇਰਾ ਕੁਐਸਚਨ, ਆਪਾਂ ਪੰਜਾਬ 'ਚ ਆ ਜਾਈਏ ਦੁਬਾਰਾ, ਫਿਰ ਕਿਉਂ ਨਹੀਂ ਕੋਈ ਜਿੱਦਾਂ ਪਹਿਲਾਂ ਵਾਅਦੇ ਕਰਦੇ ਹੁੰਦੇ ਸੀ ਵੀ ਜੇ ਅਸੀਂ ਆ ਗਏ ਤਾਂ ਅਸੀਂ ਆਹ ਚੀਜ਼ ਕਰਾਂਗੇ, ਸਾਰੀ ਦੀ ਸਾਰੀ ਕੰਸੈਂਟਰੇਸ਼ਨ, ਸਾਰੀ ਦੀ ਸਾਰੀ ਐਨਰਜੀ ਜਿਹੜੀ ਹੈ ਉਹ ਸਿਰਫ ਤੇ ਸਿਰਫ ਇਹ ਲੱਗੀ ਹੈ ਮੈਂ ਸਿਆਸੀ ਗਲਵਕੜੀ ਕਿਹੜੀ ਪਾਰਟੀ ਨਾਲ, ਕਿਹੜੇ ਲੀਡਰ ਨਾਲ ਪਾਵਾਂ ਜਾਂ ਮੈਂ ਕੀ ਕਰਾਂ। ਲੇਟਲੀ ਮੈਂ ਤੁਹਾਨੂੰ ਕੁਐਸਚਨ ਪੁੱਛਦਾ ਕਿ ਪੰਜ ਵਾਰੀਆਂ ਦੇ ਜਿਹੜੇ ਆਪਣੇ ਮੁੱਖ ਮੰਤਰੀ ਨੇ ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਤੋਂ ਸਿੱਟ ਨੇ ਜਿਹੜੀ ਨਵੀਂ ਬਣੀ ਆ, ਉਸ ਤੋਂ ਬਾਅਦ ਹੁਣ ਉਹਨਾਂ ਨੂੰ ਸੰਮਨ ਜਿਹੜੇ ਹੈਗੇ ਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹਨਾਂ ਨੂੰ ਵੀ ਚਲੇ ਗਏ 26 ਜੂਨ, ਉਹਨਾਂ ਤੋਂ ਵੀ ਪੁੱਛ ਕੇ ਚੁਣੀ ਆ। ਮੈਂ ਉਸੇ ਨਾਲ ਰਿਲੇਟ ਕਰ ਰਿਹਾ ਕੁਐਸਚਨ ਕਿ ਹੁਣ ਜਿਹੜੇ 5-6 ਮਹੀਨੇ ਆ, 7-8 ਮਹੀਨੇ ਜੋ ਵੀ ਰਹਿ ਗਏ ਇਲੈਕਸ਼ਨ 'ਚ, ਆਹ ਜਿਹੜੀ ਸਪੀਡ ਫੜੀ ਹੈ ਕਈ ਚੀਜ਼ਾਂ 'ਚ, ਮਾਣਯੋਗ ਕੈਪਟਨ ਸਾਹਿਬ ਵੱਲੋਂ, ਮੁੱਖ ਮੰਤਰੀ ਵੱਲੋਂ ਹਰੇਕ MLA ਨੂੰ ਸੱਦਿਆ ਜਾਣਾ, ਤੁਹਾਨੂੰ ਕਹਿਣਾ ਵੀ ਚੱਕ ਵੀ ਆਹ ਕੰਮ ਤੇਰੇ ਹਲਕੇ ਦੱਸ ਕਿੱਦਾਂ, ਪਹਿਲਾਂ ਉਹਨਾਂ ਦੀ ਕੰਪਲੇਂਟ ਸਾਨੂੰ ਮਿਲ ਨਹੀਂ ਰਹੇ, ਇਹ ਤੁਹਾਨੂੰ ਨਹੀਂ ਲੱਗਦਾ ਕਿ ਆਹ ਚੀਜ਼ਾਂ ਜਿਹੜੀਆਂ ਇਹ ਸਿਰਫ ਅਗਲੇ ਇਲੈਕਸ਼ਨ ਨੂੰ ਦੇਖ ਕੇ ਹੋ ਰਹੀਆਂ? ਬਿਲਕੁਲ ਜੀ, ਇਲੈਕਸ਼ਨ ਨੂੰ ਦੇਖ ਕੇ ਹੋ ਰਹੀਆਂ। ਦੂਜੀ ਗੱਲ ਇਹ ਹੈ, ਜਿਹੜੀ ਵਾਅਦਿਆਂ ਦੀ ਗੱਲ ਆ ਨਾ ਜੀ, ਜੀ ਵਾਅਦੇ ਵੀ ਐਡੇ ਪ੍ਰਾਣ ਸਾਬਤ ਹੋ ਗਏ, ਹੁਣ ਕੋਈ ਵੀ ਵਾਅਦੇ ਜੋ ਕਰ ਲੇ ਲੋਕਾਂ ਨੂੰ ਉਹ ਤੇ ਯਕੀਨ ਨਹੀਂ ਰਿਹਾ ਜੀ, ਕਿਉਂਕਿ ਹਰੇਕ ਕਹਿੰਦਾ ਜੀ ਮੈਂ 80% ਕਰਤੇ, ਮੈਂ 90% ਕਰਤੇ, ਸਮੱਸਿਆ ਕੋਈ ਹੱਲ ਨਹੀਂ ਹੋ ਰਹੀ ਜੀ 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 ਜੀ। ਇਸ ਕਰਕੇ ਪਹਿਲੀ ਗੱਲ ਤੇ ਹੈ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੋਕਾਂ ਨੇ ਇੱਕ ਪੱਖੋਂ ਨਕਾਰਿਆ ਹੋਇਆ, ਉਹਨਾਂ ਤੇ ਵਿਸ਼ਵਾਸ ਨਹੀਂ ਵੱਧ ਰਿਹਾ, ਭਰੋਸਾ ਨਹੀਂ ਵੱਧ ਰਿਹਾ, ਇਸੇ ਕਰਕੇ ਮੰਗ ਉੱਠਣ ਲੱਗੀ ਆ ਵੀ ਜਿਹੜਾ ਇਲੈਕਸ਼ਨ ਮੈਨੀਫੈਸਟੋ ਆ ਉਹਨੂੰ ਇੱਕ ਲੀਗਲ ਡਾਕੂਮੈਂਟ ਮੰਨਿਆ ਜਾਣਾ ਚਾਹੀਦਾ, ਕਿਉਂਕਿ ਉਹ ਲੋਕਾਂ ਦੇ ਨਾਲ ਇੱਕ MOU ਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ, ਜੇ ਤੁਸੀਂ ਸਾਨੂੰ ਸਰਕਾਰ 'ਚ ਲੈ ਕੇ ਆਓਗੇ ਅਸੀਂ ਆਹ ਕੰਮ ਕਰਾਂਗੇ, ਉਹਦੀ ਸੈਂਕਟੀ ਆ ਜਿਹੜੀ ਉਹ ਬਹਾਲ ਹੋਣੀ ਚਾਹੀਦੀ ਆ, ਲੀਗਲ ਫਿਰ ਉਹਦੇ ਵਿੱਚ ਟਾਈਮ ਬਾਉਂਡ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਸਮੇਂ ਦੇ ਦੌਰਾਨ ਕਿਹੜੇ ਕੰਮ ਅਸੀਂ ਕਿਵੇਂ ਕਰ ਦਾਂਗੇ। 4.5 ਸਾਲ ਤੁਸੀਂ ਸੁੱਤੇ ਰਹਿੰਦੇ ਹੋ, 6 ਮਹੀਨੇ ਫਿਰ ਐਂ ਹੁੰਦਾ ਵੀ ਚੱਕ ਤੇ ਫੱਟੇ ਜੀ, ਚੈੱਕ ਵੰਡਤੇ ਜੀ, ਆਹ ਵੰਡਤਾ ਜੀ, ਤੇ ਬਾਹਲੇ ਕੰਮ ਨੇ ਜਿਹੜੇ ਉਹ ਪਾਈਪਲਾਈਨ 'ਚ ਰਹਿ ਜਾਂਦੇ ਨੇ, ਹੁੰਦੇ ਨਹੀਂ ਉਹ। ਹੁਣ ਅੱਜ ਦੇ ਤੁਸੀਂ 1 ਕਰੋੜ ਰੁਪਇਆ ਕਿਸੇ ਕੰਮ ਲਈ ਸੈਂਕਸ਼ਨ ਕਰਦੇ ਹੋ ਜੀ, ਉਦੋਂ ਤੱਕ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਣੀ ਹੈ। ਸੋ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਹ ਹੁਣ ਆਪਣੀ ਸ਼ਾਖ ਬਹਾਲ ਕਰਨ ਦੀ ਥਾਂ ਮੁੱਦਿਆਂ ਤੇ ਮਸਲਿਆਂ ਬਾਰੇ ਬੋਲਣ ਦੀ ਥਾਂ, ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਇੱਕ ਗੱਲ ਕਰਦਾ ਜੀ, ਨਵਜੋਤ ਸਿੰਘ ਸਿੱਧੂ ਨੇ ਮੁੱਦੇ ਉਠਾਏ ਨੇ ਜੀ ਜੀ ਜੀ, ਉਹਨੇ ਇੱਕ ਏਜੰਡਾ ਪੇਸ਼ ਕੀਤਾ, ਉਹ ਅਧੂਰਾ ਜਾਂ ਹੋਰ ਵਧੀਆ ਹੋ ਸਕਦਾ, ਇਹਦੇ ਬਾਰੇ ਤੁਹਾਡੇ ਵੱਖਰੇ ਵਿਚਾਰ ਹੋ ਸਕਦੇ ਆ। ਨਵਜੋਤ ਸਿੰਘ ਸਿੱਧੂ ਪਹਿਲਾਂ ਭਾਜਪਾ 'ਚ ਸੀ, ਕ੍ਰਿਕਟਰ ਸੀ, ਲਾਫਟਰ ਚੈਲੰਜ ਤੇ ਸੀ, ਉਹ ਇੱਕ ਵੱਖਰਾ ਮਸਲਾ ਜੀ ਜੀ, ਪਰ ਜਦੋਂ ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਭਲਾਈ ਤਾਂ ਹੋਊ ਜੇ ਇਹਨਾਂ ਏਜੰਡਿਆਂ ਨੂੰ ਇਸ ਰੂਪ 'ਚ ਹੱਲ ਕਰੋਗੇ, ਹੁਣ ਕੋਈ ਵੀ ਪਾਰਟੀ ਜੀ ਜੀ, ਕੋਈ ਵੀ ਪਾਰਟੀ ਉਹਨਾਂ ਮੁੱਦਿਆਂ ਤੇ ਵਿਚਾਰ ਕਰਨ ਨੂੰ ਤਿਆਰ ਨਹੀਂ, ਉਹ ਸਿਰਫ ਇੱਕੋ ਗੱਲ ਕਹਿੰਦੇ ਨੇ ਕੁਰਸੀ ਦਾ ਰੌਲਾ ਜੀ ਇਹ ਤਾਂ। ਹੁਣ ਲਾਸਟ ਦੇ ਵਿੱਚ ਜਦੋਂ ਸਿੱਧੂ ਨੇ ਇਹ ਕਹਿਤਾ ਆਹ ਏਜੰਡਾ
ਕੈਪਟਨ ਅਮਰਿੰਦਰ ਸਿੰਘ ਲਾਗੂ ਕਰੇ ਮੈਂ ਪਿੱਛੇ ਲੱਗਣ ਨੂੰ ਤਿਆਰ ਹਾਂ ਉਹਦੇ ਦੀ ਲੜਾਈ ਨਹੀਂ ਹੈਗੀ ਜੀ 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 ਸੋ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਇਹ ਜੋੜ ਤੋੜ ਦੀ ਜਿਹੜੀ ਰਾਜਨੀਤੀ ਹੈ ਨਾ ਇੱਕ ਅਮਰ ਵਿਜੇ ਪ੍ਰਤਾਪ ਨੂੰ ਸ਼ਾਮਿਲ ਕਰ ਲਿਆ ਬਸਪਾ ਨਾਲ ਸਮਝੌਤਾ ਕਰ ਲਿਆ ਇਹ ਸਾਰੀਆਂ ਪਾਰਟੀਆਂ ਪ੍ਰਸੰਗਕ ਹੋਣ ਦੀ ਲੜਾਈ ਲੜ ਰਹੀਆਂ ਪ੍ਰਸੰਗਕ ਹੋਣ ਦੀ ਜਿੱਤਣ ਦੀ ਗੱਲ ਤਾਂ ਇਹ ਤੋਂ ਬਾਅਦ ਆਉਣੀ ਹੈ ਨਾ ਜੀ ਹਾਂਜੀ ਹਾਂਜੀ ਹਾਲੇ ਤਾਂ ਜਿੱਦਾਂ ਕਹਿੰਦੇ ਪੈਰ ਤਰਾਵਾ ਚੱਲ ਰਿਹਾ ਹਾਂਜੀ ਵੀ ਲੋਕਾਂ ਦਾ ਧਿਆਨ ਆ ਜਿਹੜਾ ਸਾਡੇ ਵੱਲ ਹੋਵੇ ਲੋਕਾਂ ਦਾ ਧਿਆਨ ਹੀ ਨਹੀਂ ਇਹਨਾਂ ਗੱਲਾਂ ਵੱਲ ਹਾਂਜੀ ਧਿਆਨ ਖਿੱਚਣ ਖਾਤਰ ਇਹ ਸਾਰੀ ਡਰਾਮੇਬਾਜ਼ੀ ਆ ਜਿਹੜੀ ਇਹ ਹੋ ਰਹੀ ਆ ਮਾਲੀ ਸਾਹਿਬ ਮੈਂ ਨਾ ਪਿੱਛੇ ਜਾ ਰਿਹਾ ਹੁਣ ਸਿੱਧੂ ਸਾਹਿਬ ਦੀ ਗੱਲ ਮੇਰੇ ਕੋਲ ਕੁਐਸਚਨ ਸੀਗਾ ਉਹ ਬਹੁਤ ਸੋਹਣੀ ਮੈਂ ਉਹਨਾਂ ਦੀ ਕਾਨਫਰੰਸਾਂ ਵੀ ਦੇਖੀਆਂ ਉਹਨਾਂ ਦਾ ਬਹੁਤ ਸੋਹਣਾ ਉਹਨਾਂ ਨੇ ਇਹ ਕਿਹਾ ਕਿ ਆਹ ਮੁੱਦੇ ਨੇ ਜੇ ਇਹ ਕਰਦੇ ਆ ਤਾਂ ਮੈਂ ਪਿੱਛੇ ਲੱਗਣ ਨੂੰ ਤਿਆਰ ਹਾਂ ਮੈਨੂੰ ਅਹੁਦੇ ਦੀ ਲੋੜ ਨਹੀਂ ਕਿਉਂਕਿ ਅਹੁਦੇ ਮੇਰੇ ਕੋਲ ਆ ਕੇ ਚਲੇ ਵੀ ਗਏ ਅਤੇ ਮੈਂ ਆਪ ਛੱਡੇ ਵੀ ਆ ਚਲੋ ਆਪਾਂ ਉਹਨਾਂ ਦੇ ਅਹੁਦਿਆਂ ਦੀ ਗੱਲ ਨਹੀਂ ਕਰਦੇ ਮੇਰਾ ਤੁਹਾਡੇ ਤੋਂ ਵਾਲੀ ਸਾਹਿਬ ਕੁਐਸਚਨ ਇਹ ਹੈ ਕਿ ਉਹਨਾਂ ਨੇ ਬਹੁਤ ਸੋਹਣਾ ਕਈ ਚੀਜ਼ਾਂ ਲੱਗੀਆਂ ਕਿ ਜੇ ਆਪਾਂ ਰੇਤ ਦੀ ਜਿਹੜੀ ਪਾਲਿਸੀ ਆ ਤੇਲੰਗਾਨਾ ਵਾਲੀ ਲਿਆਈਏ ਸ਼ਰਾਬ ਦੀ ਜਿਹੜੀ ਉਹ ਤਮਿਲਨਾਡੂ ਵਾਲੀ ਲਿਆਈਏ ਹੋਰ ਪਤਾ ਨਹੀਂ ਕੀ ਲਿਆਈਏ ਤਾਂ ਉਹਨਾਂ ਦਾ ਵਰਡਿੰਗ ਇਹ ਸੀਗਾ ਕਿ ਪੰਜਾਬ ਨੂੰ ਕੋਈ ਗੁਜਰਾਤ ਮਾਡਲ ਜਾਂ ਕੋਈ ਬੰਗਾਲ ਮਾਡਲ ਨਹੀਂ ਚਾਹੀਦਾ ਪੰਜਾਬ ਆਪਣੇ ਆਪ 'ਚ ਇੱਕ ਮਾਡਲ ਬਣੇਗਾ ਔਰ ਇੰਨਾ ਰੈਵਨਿਊ ਜਨਰੇਟ ਹੋਊਗਾ ਜੇ ਆਹ ਚੀਜ਼ਾਂ ਹੋ ਜਾਣ ਓਕੇ ਮੰਨ ਲਈ ਪਰ ਮੈਨੂੰ ਇਹ ਦੱਸੋ ਵੀ ਦੇਸ਼ ਆਜ਼ਾਦ ਹੋਏ ਨੂੰ 70, 72, 73 ਸਾਲ ਹੋ ਗਏ ਗਿਣਤੀ ਕਰ ਲਓ ਕਿ ਇਸ ਤੋਂ ਪਹਿਲਾਂ ਇਹਨਾਂ 70-72 ਸਾਲਾਂ 'ਚ ਕਿਸੇ ਲੀਡਰ ਆਪਾਂ ਕਿਸੇ ਪਾਰਟੀ ਦੀ ਨਹੀਂ ਗੱਲ ਕਰੀ ਕੋਈ ਮੁੱਖ ਮੰਤਰੀ ਜਾਂ ਕੋਈ ਇਹੋ ਜਿਹਾ ਬੰਦਾ ਆਇਆ ਨਹੀਂ ਜਿਹੜੇ ਦੇ ਜ਼ਿਹਨ ਦੇ ਵਿੱਚ ਆ ਗੱਲਾਂ ਆਈਆਂ ਹੋਣ ਤਾਂ ਹੁਣ ਨੂੰ ਪੰਜਾਬ ਦੁਬਾਰਾ ਸੋਨੇ ਦੀ ਚਿੜੀ ਬਣਿਆ ਹੋਣਾ ਚਾਹੀਦਾ ਸੀ ਦੇਖੋ ਜੀ ਮੁੱਖ ਮੰਤਰੀ ਆਏ ਨੇ ਕਈਆਂ ਨੇ ਕੰਮ ਵੀ ਕੀਤੇ ਨੇ ਤੇ ਉਹ ਯਾਦ ਵੀ ਰੱਖਿਆ ਜਾਂਦਾ ਹੁਣ ਲਕਸ਼ਮਣ ਸਿੰਘ ਗਿੱਲ ਆ ਜੀ ਉਹਨੇ ਪੰਜਾਬੀ ਬੋਲੀ ਰਾਜ ਭਾਸ਼ਾ ਦਾ ਐਕਟ ਬਣਾਇਆ ਉਹ ਯਾਦ ਰੱਖਿਆ ਜਾਂਦਾ ਲਿੰਕ ਰੋਡ ਦਾ ਉਹਨੇ ਕੰਮ ਤੋਰਿਆ ਉਹ ਯਾਦ ਰੱਖਿਆ ਜਾਂਦਾ ਕੈਰੋ ਸਾਹਿਬ ਨੇ ਹਾਂਜੀ ਭਾਖ ਦਾ ਡੈਮ ਬਣਿਆ ਉਹਨਾਂ ਸਮਿਆਂ ਦੇ ਵਿੱਚ ਪੀਏਯੂ ਬਣੀ ਉਹ ਗੱਲਾਂ ਯਾਦ ਰੱਖੀਆਂ ਜਾਂਦੀਆਂ ਨੇ ਜਿਹੜਾ ਕੋਈ ਵੱਡੀ ਸਮਾਜਿਕ ਤਬਦੀਲੀ ਦੀ ਗੱਲ ਕਰਦਾ ਠੀਕ ਆ ਚਾਹੇ ਉਹ ਉਸੇ ਫਰੇਮਵਰਕ ਦੇ ਵਿੱਚ ਉਹ ਕਰਦੇ ਨੇ ਪਰ ਪਿਛਲੇ 25-30 ਸਾਲਾਂ 'ਚ ਮੈਂ ਕਹਿੰਦਾ ਬਾਦਲ ਸਾਹਿਬ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹਨੂੰ ਇਤਿਹਾਸ ਯਾਦ ਰੱਖੂ ਵੀ ਬਾਦਲ ਸਾਹਿਬ ਨੇ ਆਹ ਗੱਲ ਕਰਕੇ ਬਦਲਤੀ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਗੱਲਾਂ ਲਿਹੋ ਹਟਵੀਆਂ ਕੀਤੀਆਂ ਪਾਣੀ ਵਾਲੇ ਸਮਝੌਤੇ ਰੱਦ ਕੀਤੇ ਉਸ ਗੱਲ ਕਰਕੇ ਇਹਦਾ ਮਾਣ ਤਾਣ ਵੀ ਬਣਿਆ ਜੀ 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 ਇਹਨਾਂ ਨੇ ਅਸਤੀਫਾ ਵੀ ਦਿੱਤਾ ਕਾਂਗਰਸ 'ਚ ਹੁੰਦੇ ਹੋਏ ਜਿਹਦੇ ਕਰਕੇ ਸੱਤਾ ਦੇ ਵਿੱਚ ਵੀ ਆਏ ਇਹ ਦਿੱਲੀ ਦੇ ਮੁਕਾਬਲੇ ਇਹਨਾਂ ਨੇ ਪੰਜਾਬ ਨੂੰ ਅਸਲਟ ਵੀ ਕੀਤਾ ਪਰ ਆ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਬਿਲਕੁਲ ਨਿਖਿੱਧ ਕਾਰਗੁਜ਼ਾਰੀ ਆ ਇੱਕ ਵੀ ਮਸਲਾ ਉਹ ਨਹੀਂ ਜਿਹੜਾ ਪੰਜਾਬ ਦੇ ਹੱਕ ਖਾਤਰ ਸਿਰਫ ਟਾਈਮ ਪਾਸ ਕਰਨ ਖਾਤਰ ਕੀਤਾ ਗਿਆ ਸਮਾਂ ਹੋਇਆ ਇਹ ਵੀ ਜਿਹੜੀਆਂ ਪੰਜਾਬ ਦੀਆਂ ਲੋੜਾਂ ਸੀ ਉਹਨਾਂ ਨੂੰ ਇਗਨੋਰ ਕਰਕੇ ਦਰਕਨਾਰ ਕਰਕੇ ਦਿੱਲੀ ਸਰਕਾਰ ਦੀ ਬੋਲੀ ਬੋਲੀ ਹੁਣ ਤੁਸੀਂ ਇਹ ਦੇਖੋ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਕਿੱਡੀ ਵੱਡੀ ਗੱਲ ਸੀ ਜੀ 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 ਦੋ ਗੱਲਾਂ ਕਰਕੇ ਇੱਕ ਤਾਂ ਸਿੱਖ ਰੋਜ਼ ਜਿਹੜਾ ਅਰਦਾਸ ਕਰਦੇ ਨੇ ਕਿ ਸਾਨੂੰ ਸਾਡੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਪ੍ਰਦਾਨ ਕਰਨ ਦਾ ਦਾਨ ਪਾ ਜੀ ਜੀ ਦੂਜੀ ਗੱਲ ਦੋਹਾਂ ਪੰਜਾਬਾਂ ਦਾ ਮੇਲ ਜੀ ਇਹ ਹੋਇਆ ਉੱਥੇ ਉੱਥੇ ਜਾ ਕੇ ਜੋ ਸੰਦੇਸ਼ ਦਿੱਤਾ ਜਿਹਨੇ ਵੀ ਲੀਡਰ ਬੋਲੇ ਨੇ ਉਹਦੇ ਵਿੱਚ ਸਿੱਧੂ ਸਾਹਿਬ ਦਾ ਰੋਲ ਸੀ ਤੇ ਲੋਕਾਂ ਨੇ ਬਹੁਤ ਮਾਣ ਸਨਮਾਨ ਉਹਨਾਂ ਨੂੰ ਦਿੱਤਾ ਜੀ ਜੀ ਸਿੱਧੂ ਸਾਹਿਬ ਐ ਨੇ ਵੀ ਹੁਣ ਬੋਲ ਰਹੇ ਨੇ ਇੱਕ ਤਾਂ ਹੁੰਦਾ ਟੋਣਾ ਕੋਲੇ ਆ ਕੇ ਬੋਲ ਰਿਹਾ ਜਦੋਂ ਇਹ ਮੰਤਰੀ ਸੀ ਉਹਨਾਂ ਵੇਲਿਆਂ 'ਚ ਆ ਜਾਂਦੇ ਇਹਨਾਂ ਨੇ ਕੈਬਨਿਟ ਲੈ ਕੇ ਰੱਖੇ ਸੀ ਵੀ ਜਿਹੜਾ ਮਾਫੀਆ ਉਹ ਕਿਸੇ ਗਲਤ ਨੀਤੀ ਕਰਕੇ ਪੈਦਾ ਹੁੰਦਾ ਜੀ ਨੀਤੀ ਬਦਲੇ ਬਿਨਾ ਮਾਫੀਆ ਖਤਮ ਨਹੀਂ ਹੋ ਸਕਦਾ ਜੀ ਜੀ ਜੇ ਸ਼ਰਾਬ ਮਾਫੀਆ ਉਹਦੀ ਕਾਰਪੋਰੇਸ਼ਨ ਬਣਾਓ ਸੈਂਡ ਮਾਫੀਆ ਉਹਦੀ ਕਾਰਪੋਰੇਸ਼ਨ ਬਣਾਓ ਹਾਂਜੀ ਜੇ ਜੇ ਮਤਲਬ ਟਰਾਂਸਪੋਰਟ ਮਾਫੀਆ ਉਹਦੀ ਨੀਤੀ ਬਣਾਓ ਜਿਹੜਾ ਲੈਂਡ ਮਾਫੀਆ ਤੁਸੀਂ ਉਹਦੀ ਨੀਤੀ ਬਣਾਓ ਜੀ ਮਾਲੀ ਸਾਹਿਬ ਆਪਾਂ 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 ਨੀਤੀਆਂ 'ਤੇ ਆਉਂਦੇ ਹਾਂ ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈ ਰਹੀ ਆ ਨੀਤੀਆਂ 'ਤੇ ਆਉਂਦੇ ਅਤੇ ਕੁਐਸਚਨ ਸਿੱਧੂ ਸਾਹਿਬ ਨਾਲ ਰਿਲੇਟਿਡ ਹੀ ਹੋਰ ਸੀ ਆਪਾਂ ਉਹ ਕਰਦੇ ਹਾਂ ਤਾਂ ਫਿਰ ਗੱਲ ਪੰਜਾਬ ਅਤੇ ਪੰਜਾਬੀਅਤ 'ਤੇ ਹੀ ਲਿਆ ਕੇ ਆਪਾਂ ਇਹਨੂੰ ਵਾਇੰਡ ਅਪ ਕਰਾਂਗੇ ਪਰ ਇੱਕ ਬ੍ਰੇਕ ਲੈਂਦੇ ਛੋਟੀ ਜੀ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ ਜੀ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਜਸ ਪੰਜਾਬੀ ਸਾਨੂੰ ਰੁਕਣਾ ਪੈ ਰਿਹਾ ਇੱਕ ਬ੍ਰੇਕ ਲਈ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਬ੍ਰੇਕ ਤੋਂ ਪਹਿਲਾਂ ਕਿ ਅਸੀਂ ਗੱਲ ਨਵਜੋਤ ਸਿੰਘ ਸਿੱਧੂ ਦੀ ਕਰ ਰਹੇ ਸੀ ਕਿ ਉਹ ਜੋ ਵੀ ਹੁਣ ਗੱਲਾਂ ਕਰ ਰਹੇ ਕਿ ਇਹ ਕਿਸੇ ਦੇ ਜ਼ਿਹਨ 'ਚ ਪਹਿਲਾਂ ਕਿਉਂ ਨਹੀਂ ਆਈਆਂ ਮਾਲੀ ਸਾਹਿਬ ਬਹੁਤ ਸੋਹਣਾ ਇਲੈਬਰੇਟ ਕਰ ਰਹੇ ਸੀ ਮਾਲੀ ਸਾਹਿਬ ਮੇਰਾ ਕੁਐਸਚਨ ਇਹ ਆ ਤੁਹਾਡੇ ਤੋਂ ਕਿ ਇਹ ਪਹਿਲਾਂ ਕਿਉਂ ਨਹੀਂ ਆਈਆਂ ਤੁਸੀਂ ਦੱਸਿਆ ਕਿ ਫਲਾਣੇ ਲੀਡਰ ਨੇ ਆ ਕੁਛ ਕੀਤਾ ਤਾਂ ਯਾਦ ਰੱਖੇ ਜਾ ਰਹੇ ਨੇ ਉਹ ਰੱਖੇ ਜਾਣੇ ਚਾਹੀਦੇ ਵੀ ਨੇ ਆਪਾਂ ਉਹ 'ਚ ਕੋਈ ਦੁਹਰਾ ਹੀ ਨਹੀਂ ਕਰ ਰਹੇ ਗੱਲ ਆਪਾਂ ਮੌਜੂਦਾ ਹਾਲਾਤ ਦੀ ਕਰ ਲਈਏ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਸਿੱਧੂ ਸਾਹਿਬ ਦੇ ਸਾਰੇ ਦਰਵਾਜ਼ੇ ਬੰਦ ਆ ਕਾਂਗਰਸ ਦੇ ਵਿੱਚ ਉੱਧਰ ਸਿੱਧੂ ਸਾਹਿਬ ਕਹਿੰਦਾ ਕਿ ਮੈਂ ਪੱਕਾ ਕਾਂਗਰਸੀ ਹਾਂ ਅਤੇ ਮੈਂ ਇਹਦੇ ਵਿੱਚ ਰਹੂੰਗਾ ਲੋਕ ਜਿਹੜੀਆਂ ਅਫਵਾਹਾਂ ਉਡਾ ਰਹੇ ਨੇ
इस हिसाब न जिस हिसाब न चल रही है 2022 एकदम बरूहां ते है, तो नहीं लगता भी कांग्रेस पार्टी इन चीज़ों ने कमजोर होगी कि जो दो बड़े लीडर आपस में जो है ग्रुप बना रहे हैं या आपस में थोड़ी खैबाजी चल रही है? देखो गुरलाल जी, सवाल तो यह है भी कांग्रेस सरकार सामने दो मुद्दे ने, 2022 की चोण च केड़ा मुंह लेके जाइए जी, सिर्फ कारगुजारी के आधार से असि 2022 की चोण लड़ सकते हैं जी जी, जी। सानू नीतियां पालसियां दे विच कार्यशैली की तब्दीली करनी पऊ जी। जिथों नीतियां पालसियां का सवाल उठा रहा नवजोत सिंह सिद्धू, कार्यशैली का सवाल उठा रहा प्रगट सिंह जिहड़ा कहिंदा भी टीम वर्क होना चाहिए, सानू दुरुस्त फैसले लेने चाहिए ने, जो नहीं कर सकते सानू कह देना चाहिए भी आह असीं नहीं कर सकते जी जी जी। सो इस करके ते विचार मंत्र ये लड़ाई असल च मौजूदा जो सरकार आ इहदे ढांचे च फेर बदल दी नहीं है जी, जी, ये लड़ाई यह है भी 2022 दीआं चोणां किहड़े नीति पैंतरां ते लड़ियां जाण, उहदे विच किहदा की रोल होऊगा, जिहनूं जिहनूं तुसीं कह दो भी मुख्यमंत्री कौण होऊ, किहड़े विचारां दे सवाल ते बहस आ जिहड़ी उह चल रही आ जी जी, क्योंकि इहदे नाल कमजोर होण दी सवाल नहीं आउंदा, सवाल ऑलरेडी कमजोर है सरकार तां, सरकार दे पल्ले कुछ है नहीं जी, भी की तुसीं इह कह के भी 85% वादे पूरे करते जी, बाकी हुण करते असीं जी जी, क्योंकि जो सोशल मीडिया का युग आ इन्नी इनफॉर्मेशन है लोगों को, बोलने पिछों ओदा दूजा पासा पहला तुहाडे सामने आ जांदा जी जी जी। तो ये कांग्रेस नूं मजबूत करन दी ओ लड़ाई आ, इसे करके है ना जी, जो जदों नवजोत सिंह सिद्धू की आपां गल करदे आ, करतारपुर साहब दे लांघे की गल करदे आ, उत्थे उहने किड्डी वड्डी गल कही, उहने कहा व्यापार लई लांघा वी खोलो जी जी जी, अमन शांति होनी चाहीदी आ, सब तो वड्डी गल जिहड़ी उहने कही उहनां वेलिआं च भी किसी पुत की लाश बाप के मोढ़े से टिकनी सब तो बड़ा भार हों दुनिया जी, दोहे पासे जिहड़ियां लाशां ने वह बापा के मोढ़िया से टिकनों हट जाणगियां जे साडी अमन शांति हो जी जी जी। इसे करके गैर कानूनी कलोनिया की भी गल उन्हें की, हुण जो किसान अंदोलन आया उदों भी उन्हें गल की भी डाइवर्सीफिकेशन होनी चाहिए आ, उहदी थां ते जिहड़ियां दूजियां फसलां ने उन्हां दी MSP होनी चाहिए आ, लांघा बार्डर का खुलना चाहिए जी, पूल चेन बननी चाहिए आता कि पेरिशेबल जी गुड्स ने खराब होने वाली चीजा ने किसान उन्होंने रोक सके सामभ सके जी जी। सवाल की है जी, जी। तो सवाल यह आ हम अगला कहना भी चोणा खातर कर रहा जी, ये तो कुर्सी खातर कर रहा, कांग्रेस पार्टी च रह के गल नहीं होनी आ, मैं कहना मन लो सही गल आ, तुसी उन्हां गल्लां बारे पोजिशन लो जी, कांग्रेस पार्टी च रह के नहीं होनी आ, सिद्धू ओहदे विच रहू, साडी पार्टी ਇਹਨੂੰ ਅਪਣਾਉਂਦੀ ਆ ਤੇ ਅਸੀਂ ਇਹ ਕਰਕੇ ਦਿਖਾਵਾਂਗੇ, ਜਾਂ ਤੁਸੀਂ ਕਹੋ ਵੀ ਨਹੀਂ ਇਹ ਪੰਜਾਬ ਦੀ ਸਮੱਸਿਆ ਦਾ ਹੱਲ ਕਰਨ ਦਾ ਤਰੀਕਾ ਨਹੀਂ ਹੈਗਾ, ਤੁਸੀਂ ਚੁੱਪੇ ਬੱਟ ਰਹੇ ਹੋ ਉਹਦੇ ਬਾਰੇ। ਸਾਡੀ ਬਦਕਿਸਮਤੀ ਇਹ ਆ ਸਾਨੂੰ ਨਵੇਂ ਵਿਚਾਰ ਦੀ ਲੋੜ ਆ, ਨੀਤੀਆਂ ਦੀ ਲੋੜ ਆ, ਫੈਸਲਿਆਂ ਦੀ ਲੋੜ ਆ, ਕਾਰਜਸ਼ੈਲੀ ਦੀ ਲੋੜ ਆ, ਜਿਹਨੂੰ ਕੋਈ ਸੰਬੋਧਿਤ ਹੋਣ ਨੂੰ ਤਿਆਰ ਨਹੀਂ ਜੀ। ਮਾਲੀ ਸਾਹਿਬ, ਜੈ ਸਾਹਿਬ ਨਾਲ ਨਵਜੋਤ ਸਿੰਘ ਸਿੱਧੂ ਸਾਹਿਬ ਅੱਗੇ ਵੱਧ ਰਹੇ ਆ, ਜੋ ਜਿਹੜੀ ਵਿਚਾਰਧਾਰਾ ਲੈ ਕੇ ਅੱਗੇ ਵੱਧ ਰਹੇ, ਲੋਕਾਂ ਦੇ ਰੂਬਰੂ ਵੀ ਹੋ ਰਹੇ ਆ, दूजे पास एक आप एंगल देख रहे, एक होर एंगल सामने आ रहा, अरविंद केजरीवाल जी आते हैं, कुंवर विजय प्रताप जी ने ऐड, चलो जड़े अफसर भी लोग भी पार्टियां शामिल होंदे आए आ, बाहर भी निकलते आए, दूजी पार्टी शामिल होंदे, आप उधर नहीं जाते गए, उन्होंने एक लाइन कही है कि पंजाब का मुख्यमंत्री एक सिख चेहरा ही होगा। मेरा क्वेश्चन थोड़े तो आप एक डिफरेंट एंगल ना नवजोत सिद्धू की गल कर रहे हैं, उन्होंने एक बार तो कहता मैं पक्का कांग्रेसी हाँ, पर पूरे पत्ते हले खोले नहीं, तो उन्होंने ये भी कहता कि नवजोत सिंह सिद्धू एक अच्छा आदमी है, ठीक है, दो गल तू लगता कि गड्डी उधर नू जा सकती है कि गुणा भगवंत मान या राज्यवाल साहब ते ही पऊगा? देखो जी गल यह आ जी, गल तुसी पहला कही है ना भी यह पार्टियां ने जिहड़ियां मुद्दियां नू संबोधित होने की थां बंदियां नू संबोधित हो रही हैं जी, चंगे बंदियां दी गल कर रही हैं। हाँ जी हाँ जी, इस करके जिहड़ा पंजाब दे विच हिंदू सिख दा पत्ता सी पहला, पार्टियां ने मिथ के दलित पत्ता चलाया, साडा मुख्यमंत्री हो, डिप्टी मुख्यमंत्री हो, हुण तक पंजाब दे बहुते सिख मुख्यमंत्री होंदे रहे, जट मुख्यमंत्री होंदे रहे, की पंजाब दा भला हो गया जी इहदे नाल? इह गल ठीक आ, इह गल ठीक आ कि हर एक तबके नूं राज भाग च नुमाइंदगी मिलनी चाहीदी आ, पर केजरीवाल ने अपनी पार्टी दे जिहड़े मूल सिधांत सी उहनां ते उल्ट गल कीती आ, इहनां ने सिख पत्ता खेडता, दूजे दलित पत्ता खेड रहे ने, जिदे विचों ए जे पंजाबी सोचण दी गल आ जिहड़ी, इह कहिंदे पंजाबी मुख्यमंत्री होऊगा,
पक्का पंजाबी होगा, पंजाब नूं प्यार करन वाला होगा, किसे नूं कोई इतराज़ नहीं। पर तुसीं जिहड़ी पत्तियां दी खेड़ आ उहदे विच कपड़ा पत्ता चलता। दूजी गल, नवजोत सिंह सिद्धू उदों नहीं आया इस आम आदमी पार्टी च जदों इहदा मेला पूरा भरिया होया सी, जदों रौली इह सी वी सरकार बणन दा रौली नहीं, मुख्यमंत्री कौण होऊ की होऊ, ते उदों आपां चेहरा उह लान्या नहीं, असीं उह सवाल नूं नहीं संबोधित होए उहनां वेलिआं दे विच। अज जदों आम आदमी पार्टी बुरी तरह खिंड बिखर चुकी आ, जिहदा 7 सालां च कोई ढांचे नहीं बणिआ, अज उह उस पार्टी च आ के उहदे ते हजारां सवाल ने, उहनां नूं आपणे मोढ़े ते चक के क्यों तुरू जी उह, जदों कांग्रेस दे विच उहदे विचारां नूं उहदी सेध नूं एडा माण ताण मिल रिहा, जां उहदे नाल इक वड्डी धिरा, चाहे उहने धड़ा नहीं बणाया। प्रगट सिंह ने कहा असीं धड़ा नहीं बणाउणा, सिद्धू ने कहा धड़ा नहीं बणाउणा, पर जिहड़ियां गल्लां उहनां ने कहियां, अज वड्डा हिस्सा कांग्रेस दा इह कह रिहा ਵੀ ਗੱਲਾਂ ਉਹਨਾਂ ਦੀਆਂ ਠੀਕ ਨੇ ਜੀ, ਉਹਨਾਂ ਬਾਰੇ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ ਚਾਹੀਦਾ। ਔਰ ਉਹਦੇ ਉੱਤੇ ਗੱਲ ਫਿਰ ਮੈਂ ਉੱਤੇ ਆ ਜਾਣਾ ਵੀ ਕੈਪਟਨ ਸਾਹਿਬ ਨਾਲ ਸੁਲਾ ਦਾ, ਫਿਰ ਕਿਉਂਕਿ ਇੱਕ ਟਾਈਮ ਯਾਦ ਹੋਊਗਾ ਮਾਲੀ ਸਾਹਿਬ, ਮੈਂ ਤੁਹਾਨੂੰ ਲੈ ਕੇ ਜਾ ਰਿਹਾ, ਆਪਾਂ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਆਉਂਦੇ ਹਾਂ ਇਹਨਾਂ ਚੀਜ਼ਾਂ ਵੱਲ ਦੇਖ ਕੇ, ਯਾਦ ਹੋਊਗਾ ਪਿਛਲੇ 2017 ਦੀ ਚੋਣਾਂ ਦੇ ਵਿੱਚ ਜਦੋਂ ਜਿੱਤ ਹੋਈ ਸੀਗੀ ਤਾਂ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਸੁਨੇਹਾ ਗਿਆ ਸੀਗਾ ਕਿ ਐਟ ਦਿਸ ਮੂਮੈਂਟ ਕੈਪਟਨ ਹੈ ਤਾਂ ਕਾਂਗਰਸ ਹੈ, ਕਾਂਗਰਸ ਹੈ ਤਾਂ ਕੈਪਟਨ ਹੈ। ਇੱਕ ਬਹੁਤ ਵੱਡੀ ਜਿਹੜੀ ਸ਼ਖਸੀਅਤ ਕੈਪਟਨ ਅਮਰਿੰਦਰ ਸਿੰਘ ਦੀ ਹੈਗੀ ਹੈ, ਪਰ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ, ਨਵਜੋਤ ਸਿੰਘ ਸਿੱਧੂ ਉਹ ਵਿਚਾਰਕ ਤੌਰ 'ਤੇ ਪ੍ਰੈਕਟੀਕੈਲਿਟੀ ਨੂੰ ਨਾਲ ਲੈ ਕੇ ਚੱਲ ਰਿਹਾ ਹੈ, ਅਤੇ ਇੱਕ ਹੈਗੀ ਵੱਡੀ ਸ਼ਖਸੀਅਤ, ਇਹਨਾਂ ਦਾ ਜਿਹੜਾ ਮੇਲ, ਇਹ ਐਂਡ ਆਫ ਦਾ ਡੇ 'ਤੇ ਇਹਨਾਂ ਨੂੰ ਮਿਲ ਕੇ ਹੀ ਚੱਲਣਾ ਪਊਗਾ ਜੇ ਅੱਗੇ ਵਧਣਾ, ਤਾਂ ਇਹ ਕਿੱਦਾਂ ਹੋਊਗਾ ਜੀ? ਇਹ ਗੱਲ ਤੁਹਾਡੀ ਠੀਕ ਆ, ਉਹਨਾਂ ਵੇਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ, ਉਹਨੇ ਬੜਾ ਵੱਡਾ ਪ੍ਰੈਸ਼ਰ ਵੀ ਪਾਇਆ, ਅੱਡ ਪਾਰਟੀ ਬਣਾਉਣ ਦੀ ਗੱਲ ਵੀ ਕੀਤੀ, ਉਹਨੇ ਬਾਜਵਾ ਸਾਹਿਬ ਨੂੰ ਹਟਾ ਕੇ ਕਮਾਨ ਸਾਂਭੀ ਉਹਨਾਂ ਵੇਲਿਆਂ 'ਚ, ਕਿਉਂਕਿ ਉਦੋਂ ਕੈਪਟਨ ਦਾ ਮਾਣ ਤਾਣ ਵੱਡਾ ਸੀ, ਤੇ ਸਾਰੇ ਇਹ ਕਹਿੰਦੇ ਸੀ ਵੀ ਇਹ ਕਾਂਗਰਸ ਦੀ ਸਰਕਾਰ ਨਹੀਂ ਬਣੀ, ਕੈਪਟਨ ਦੀ ਸਰਕਾਰ ਬਣੀ ਆ। ਪਰ ਇਹ ਸਰਕਾਰ ਦੇ ਵਿੱਚੋਂ ਕੈਪਟਨ ਗੈਰ ਹਾਜ਼ਰ ਆ, ਕੈਪਟਨ ਹੈ ਹੀ ਨਹੀਂ ਕਿਤੇ, ਜਿਹੜਾ ਕੈਪਟਨ ਸੋਚ ਕੇ ਉਹਨਾਂ ਨੇ ਸਾਹਮਣੇ ਲਿਆਂਦਾ ਸੀ। ਕਾਂਗਰਸ ਦੀ ਕੋਸ਼ਿਸ਼ ਇਹੀ ਆ ਵੀ ਇਹਨਾਂ ਦੋਹਾਂ ਬੰਦਿਆਂ ਨੂੰ, ਦੋਹਾਂ ਧਿਰਾਂ ਨੂੰ, ਦੋਹਾਂ ਸਿੱਧਾਂ ਨੂੰ ਮਿਲਾ ਕੇ ਹੀ ਚੱਲਿਆ ਜਾਵੇ, ਤੇ ਵੱਧ ਸੰਭਾਵਨਾ ਇਹ ਆ, ਕਿਉਂਕਿ ਹੁਣ ਅਮਰਿੰਦਰ ਦੀ ਉਹ ਸਮਰੱਥਾ ਜਾਂ ਉਹ ਹਾਲਤ ਨਹੀਂ ਰਹੀ ਵੀ ਉਹ ਵੱਖਰੀ ਪਾਰਟੀ ਬਣਾ ਲੂ, ਜਾਂ ਇਹੀ ਕਹਿੰਦੇ ਸੀ ਨਾ ਭਾਜਪਾ 'ਚ ਚੱਲਿਆ ਜਾਓ, ਭਾਜਪਾ ਨੂੰ ਤਾਂ ਲੋਕ ਘਰੋਂ ਨਹੀਂ ਨਿਕਲਣ ਦਿੰਦੇ। ਸੋ ਇਸ ਕਰਕੇ ਮੈਨੂੰ ਵੀ ਇਹੀ ਲੱਗਦਾ, ਕੈਪਟਨ ਲਈ ਵੀ ਚੰਗੀ ਗੱਲ ਇਹੀ ਆ, ਉਹ ਭਰਿਆ ਮੇਲਾ ਛੱਡਣਾ ਚੰਗਾ ਹੁੰਦਾ, ਮਾਣ ਸਨਮਾਨ ਨਾਲ ਵਧੇਗੀ, ਚੰਗੀ ਹੁੰਦੀ ਆ। ਬਾਕੀ ਦੇਖੋ ਨੌਜਵਾਨ ਲੀਡਰਸ਼ਿਪ ਨੇ ਤਾਂ ਅੱਗੇ ਆਉਣੀ ਆਉਣਾ, ਜਿੱਥੇ ਕਾਂਗਰਸ ਨੇ ਲਿਆਉਣ ਗਲਤੀ ਕੀਤੀ, ਕਿੱਡੀ ਮਾਰ ਖਾਧੀ ਆ ਜੀ। ਤੁਸੀਂ ਦੇਖੋ ਆਂਧਰਾ ਪ੍ਰਦੇਸ਼ 'ਚ ਜਗਨਮੋਹਨ ਰੈਡੀ ਨੂੰ ਇਹਨਾਂ ਨੇ ਰਗੜਿਆ, ਮੁੜ ਕੇ ਉਹਨੇ ਸਾਰੀ ਕਾਂਗਰਸ ਦਾ ਸਫਾਇਆ ਕਰਤਾ। ਮੱਧ ਪ੍ਰਦੇਸ਼ ਦੇ ਵਿੱਚ ਸਿੰਧੀਆਂ ਨੂੰ ਅਣਗੌਲਿਆਂ ਕੀਤਾ, ਸਰਕਾਰ ਡਿੱਗ ਗਈ। ਰਾਜਸਥਾਨ ਦੇ ਵਿੱਚ ਜਿਹੜਾ ਜਤਨ ਪਾਇਲਟ ਆ ਜਿਹੜਾ, ਉਹਨੂੰ ਇਗਨੋਰ ਕੀਤਾ, ਸਰਕਾਰ ਜਾਂਦੀ ਨਹੀਂ ਮਸਾਂ ਬੱਕੀ ਜੀ ਜੀ ਸਚਿਨ ਪਾਇਲਟ। ਭੁਪਿੰਦਰ ਸਿੰਘ ਹੁੱਡੇ ਦਾ ਤੇ ਉਹਨੂੰ ਕਾਮਯਾਬ ਵੀ ਕੀਤਾ ਗਿਆ, ਉਹਦੇ ਵਿੱਚ ਨੁਕਸਾਨ ਪਾਰਟੀ ਨੂੰ ਹੀ ਚੱਲਣਾ ਪਿਆ ਬਾਅਦ ਚ, ਤੁਸੀਂ ਦੇਖ ਸਕਦੇ ਹੋ ਇਸ ਚੀਜ਼ ਨੂੰ। ਪਰ ਮੈਂ ਗੱਲ ਕਰਦਾ ਕਿ ਦੋ ਧੜਿਆਂ ਦੇ ਬਜਾਏ ਜੇ ਇਹਨਾਂ ਨੇ ਕਾਮਯਾਬੀ ਲੈਣੀ ਤੇ ਇੱਕ ਪਾਸੇ ਇੱਕ ਬਹੁਤ ਵੱਡੀ ਸ਼ਖਸੀਅਤ ਹੈ, ਇੱਕ ਪਾਸੇ ਜਿਹੜਾ ਹੈਗਾ ਪ੍ਰੈਕਟੀਕੈਲਿਟੀ ਹੈ ਕਿ ਅਸੀਂ ਆਹ ਕਰੀਏ ਤਾਂ ਫਿਰ ਅਸੀਂ ਕਾਮਯਾਬ ਹੋ ਸਕਦੇ ਹਾਂ, ਇਹਨਾਂ ਦਾ ਮੇਲ ਕਿੱਦਾਂ ਹੋਊਗਾ? ਇੱਕ ਦੋ ਲੈਣਾ ਜਵਾਬ ਦਿਓ, ਫਿਰ ਆਪਾਂ ਬ੍ਰੇਕ ਲੈ ਕੇ ਅੱਗੇ ਵਧਦੇ ਹਾਂ ਜੀ। ਦੇਖੋ ਕੋਸ਼ਿਸ਼ ਹਾਈਕਮਾਂਡ ਦੀ ਇਹੀ ਆ ਵੀ ਇਹ ਹੋਵੇ, ਪਰ ਇਹ ਸਿਆਸਤ ਆ ਜੀ, ਇਹਦੇ ਵਿੱਚ 2 × 16 ਹੋ ਜਾਂਦੇ, 8 × 8 = 3 ਰਹਿ ਜਾਂਦੇ ਆ। ਸੋ ਇਸ ਕਰਕੇ ਇਹ ਪੱਕਾ ਪੱਕੀ ਗੱਲ ਕਹਿਣੀ, ਪਰ ਕੋਸ਼ਿਸ਼ ਇਹ ਆ, ਇੱਕ ਤਾਂ ਉਹਨਾਂ ਨੇ ਅਮਰਿੰਦਰ ਨੂੰ ਦਿਖਾ ਤਾ ਵੀ ਤੇਰੇ ਨਾਲ ਵੱਡੀ ਗਿਣਤੀ 'ਚ ਨਾ ਵਿਧਾਇਕ ਨੇ, ਨਾ ਮੰਤਰੀ ਨੇ, ਨਾ ਲੋਕ ਨੇ, ਜੀ ਹੁਣ ਗਾਹਾਂ ਤੂੰ ਸੋਚ ਆ ਕਰਕੇ ਦਿਖਾ। ਉਹਨੂੰ ਇੱਕ ਕੰਮ ਦੇਤਾ ਵੀ 18 ਨੁਕਤੇ ਨੇ ਜਿਹੜੇ ਇਹਨਾਂ ਤੇ ਕੰਮ ਨਹੀਂ ਕੀਤਾ ਗਿਆ, ਜਿਹਦਾ ਮਤਲਬ ਕਾਰਗੁਜ਼ਾਰੀ ਦੇ ਆਧਾਰ ਤੇ ਚੋਣ ਨਹੀਂ ਲੜੀ ਜਾ ਸਕਦੀ। ਇਹਦੇ ਵਿੱਚ ਤੁਹਾਨੂੰ ਲੀਡਰਸ਼ਿਪ ਦਾ ਰੋਲ ਆ ਜਿਹੜਾ ਬਦਲਣਾ ਪਊਗਾ। ਉਹ ਇਹ ਨਹੀਂ ਮੌਜੂਦਾ ਮੁੱਖ ਮੰਤਰੀ ਨੂੰ ਲਾਉਣ ਦੀ ਗੱਲ ਕੋਈ ਨਹੀਂ, ਪਹਿਲਾਂ ਵੀ ਨਹੀਂ ਕੋਈ ਲੈਣਾ ਹੁੰਦਾ, ਪਰ ਇੱਕ ਸੰਕੇਤ ਮਿਲ ਜਾਂਦਾ ਵੀ 22 ਵਾਲੀ ਸਰਕਾਰ ਜੇ ਕਾਂਗਰਸ ਦੀ ਬਣੀ ਤਾਂ ਉਹ ਕਿਹੜੀਆਂ ਲੀਹਾਂ ਤੇ ਕਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਹੋਊਗੀ। ਕੋਸ਼ਿਸ਼ ਕੀਤੀ ਜਾ ਰਹੀ ਆ, ਸਿੱਟਾ ਕੀ ਨਿਕਲੂ ਇਹ ਨਹੀਂ ਪੱਕ ਨਾਲ ਨਹੀਂ ਕੁਛ ਕਿਹਾ ਜਾ ਸਕਦਾ। ਜੀ 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 ਮਾਲੀ ਸਾਹਿਬ, ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਸਿਰਫ ਲਾਸਟ ਬ੍ਰੇਕ ਛੋਟੀ, ਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ, ਬਹੁਤ ਚੰਗਾ ਐਲੋਬਰੇਸ਼ਨ ਕਰ ਰਹੇ ਅੱਜ ਦੇ ਮੁੱਦੇ ਦੇ ਉੱਤੇ, ਆ ਜਿਹੜਾ ਮੁੱਦਾ ਅਸੀਂ ਲੈ ਕੇ ਚੱਲ ਰਹੇ ਹਾਂ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ, ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਮਾਲਵਿੰਦਰ ਸਿੰਘ ਮਾਲੀ ਜੀ। ਮਾਲੀ ਸਾਹਿਬ, ਹੁਣ ਆਪਾਂ ਆਹ ਚੀਜ਼ਾਂ ਛੱਡ ਦਿੰਦੇ, ਦੂਜੇ ਪਾਸੇ ਜਾਂਦੇ ਹਾਂ।
कुछ दिन पहला पांच वारियां दे मुख्यमंत्री सरदार प्रकाश सिंह बादल तो सिट जड़ी नवी बनी है वह पुछगिछ कर दी और थोड़े दिनों ही समन जारी हो जाते सरदार सुखबीर सिंह बादल नूं जिहड़ा कि 26 जून नूं उन्हां नूं उत्थे पुछगिछ लई सद्या जाना है। कौन दोषी है ये तो माणयोग अदालत का काम है या एजेंसिया का काम है, आप किसते किंतु परंतु नहीं करते। इतने क्वेश्चन खड़ा यह हो जाता कि उ सीट इदा की पहला सी जी कुंवर विजय प्रताप वाली सी हूँ एक नवी सीट बन जाती है तो कुछ दिनों के इन्ना फास्ट ट्रैक से चलते और रौला भी पैंता कि वड्डे बादल साहब ने एक बच्चों आपका क्वेश्चन खड़ा कर लिया कि कोई नवा बंदा जो सीट का पार्ट नहीं सीगा। एनीवे तुम मेरा क्वेश्चन यह है कि लगता कि वाकई गुरु ग्रंथ साहब और जो कोटकपुरा गोलीकांड है दो नौजवानों की मौत होंगी वाकई किसी को सज़ा होगी ये सिट गल लाऊगी के बन्ने या फिर मौजूदा सरकार गोंगलुआ तो मिट्टी झाड़ रही थोड़े महीने है इदा फास्ट काम कर करके दिखा दो तो चेन इलेक्शन आ जाएंगे। ये कला मौजूदा सरकार का नहीं जी, देखो ये सरकार की इस गल से बड़ी गल टिकी हुई सी। कैप्टन अमरिंदर सिंह ने किसान अंदोलन सही तरीके हैंडल किया, टकरा च नहीं पे, उन्होंने यह सी भी एक तो आ गल, दूजी यह सी भी ये सिट्टा जी कंवर विजय प्रताप वाली ये गल नू सिरे ला दू, अदालत दे विच गल चली जाऊ, फैसला अदालत सजा दिंदी है ना दिंदी है फिर लंबी गल हो जाती है जी। पर जिमें झटका लग्या लोगों के मन च एक प्रभाव चलिया गया भी इतों इंसाफ नहीं सानू मिलना जी, क्योंकि जे सिट काम ठीक करती है अदालत आ जाती है, जे अदालत कोई गल करती है फिर सुप्रीम कोर्ट आ जाता। सो लोगों ने तो मन बना लिया जो उन्होंने मन च ठीक है या गलत आ भी जेड़ा जेड़ा जिन्ना क दोषी आ जिहड़ा इंसाफ नहीं दे सकिया। एक तो घटनावां होईयां ने उन्होंने रणजीत सिंह की जिहड़ी जस्टिस की रिपोर्ट आ उन्हें साबित करता भी उस सारी रात मुख्यमंत्री का दफ्तर उत्थों के अफसर ते विधायक आपस दे विच तालमेल च रहे ने, की गल्लां होईयां की नहीं होईयां ये दो घटनावां बारे आ बहबल कलां ते कोट दे बारे जी जी जी। इस करके उस अनुसार क्योंकि जांच मेनली होई पई आ उस जो हाई कोर्ट ने कहा ठीक कहा गलत कहा मैं नहीं जानता भी ये आह फला ने वह फलाए दूर करने ने गल तो पहलिया हुई पे रिकॉर्ड से आईया पे सारिया, इस करके कुदरती तौर पर हाई कोर्ट के हुक्म अनुसार सरकार की अपनी इच्छा अनुसार भी आ भी चोणों तो पहला पहला यह गल आप सिरे ला दीए, इस करके तेजी काम कर रही है तो रिजल्ट की सामने आते तो अल्टीमेटली तो फिर अदालत जाना ना जी, पर अदालत ने देखना किसी माली साहब ठीक है जिहड़ी मंशा आ उत्ते कोई शक नहीं कर सकते कई गल्लां ते तुसीं कह रहे हैं कि वह जिहड़ी सरकार आ वह छेती छेती काम कर रही गल किसे बन्ने ला दी है, पर सोचण वाली गल इह हो जांदी है माली साहब कि पंज वरियां दा मुख्यमंत्री या डिप्टी सीएम इन्हां किसी इदां दी शख्सियत नूं हथ पाउणा जिहड़ा वह किसी वड्डी अथॉरिटी तो जिहड़ी आ परमिशन लैके ही जिदा सरदार विक्रम सिंह मजीठिए ने एक खदशे जाहिर किया तुसी भी प्रेस कॉन्फ्रेंस देखी होनी है कि राजनीतिक लाहा लैण लई हो सकता है अरैसट पाई जाए किसी की साढ़े तो सानू जो है इलैक्शन तो दूर रखा जाए या ये सारा जो घटनाक्रम है वो दिल्ली तो आ रहा क्योंकि कांग्रेस की जी सोनिया गांधी है उन्होंने लग रहा है कि साड़ी जी राजनीतिक जमीन पंजाब कांग्रेस की खिसक रही थी तो उतों वो जो निर्देश आ रहे हैं तो आ काम हो रहा तुम्हें लगता है ट्रू है जी? हुण तक ये मोदी सरकार का पार्ट रहे ने सरकार इन्हां दी रही आ जे सारा कुछ दिल्ली तो आता इहदा मतलब हुण तक जो डिले होया जो इंसाफ नहीं मिलिया इन्हां दे हुंदे वी जां बाद च वी वह भी फिर दिल्ली वल्ली होया ना जी, ਤੁਸੀਂ ਹਕੂਮਤ ਨੂੰ ਛੱਡ ਕੇ ਇੱਕ ਸੋਨੀਆ ਗਾਂਧੀ ਦੀ ਗੱਲ ਕਰ ਰਹੇ ਹੋ ਵੀ ਸੋਨੀਆ ਗਾਂਧੀ ਕਰਾ ਰਹੀ ਹੈ ਇਹ ਇੰਨੀਆਂ ਹਾਸੋਹੀਣੀਆਂ ਗੱਲਾਂ ਕਰਦੇ ਹੋ ਤੁਸੀਂ ਵੀ ਇਹ ਜਾਂਚ ਸੀ ਜਿਹੜੇ ਕੰਵਰ ਵਿਜੇ ਪ੍ਰਤਾਪ ਜੀ ਕੇਜਰੀਵਾਲ ਜੀ ਜਾਂ ਬਾਦਲ ਕੇ ਰਲੇ ਹੋਏ ਸੀ ਉਹ ਕਹਿੰਦੇ ਆ ਕਾਂਗਰਸ ਵਾਲੇ ਰਲੇ ਹੋਏ ਸੀ, ਫਿਰ ਤੁਹਾਡੀ ਆਪਦੀ ਸਰਕਾਰ ਕੀ ਹੋਈ ਜੀ ਪੰਜਾਬ 'ਚ ਜਿਹੜੇ ਕਾਂਗਰਸੀ ਇਹ ਕਹਿੰਦੇ ਨੇ ਖਹਿਰਾ ਸਾਹਿਬ ਕਹਿੰਦੇ ਨੇ ਵੀ ਇਹ ਸਾਜਿਸ਼ ਨਾਲ ਜਾਂਚ ਹੋਈ, ਤੁਹਾਡੀ ਸਰਕਾਰ ਇਹ ਨਹੀਂ ਪਤਾ ਲਾ ਸਕੀ ਵੀ ਇਹ ਸਾਜਿਸ਼ ਹੋ ਰਹੀ ਆ ਜਾਂ ਤਾਂ ਜਿਹੜੀ ਗਲਤ ਤਰੀਕੇ ਨਾਲ ਜਾ ਰਹੀ ਆ। ਜਦੋਂ ਪ੍ਰਗਟ ਸਿੰਘ ਕਹਿੰਦਾ ਮੈਂ ਮੁੱਖ ਮੰਤਰੀ ਨੂੰ ਮਿਲਿਆ ਮੈਂ ਕਿਹਾ ਜੀ ਜਾਂਚ ਟੀਮ ਖਿੰਡ ਗਈ ਇਹਨੂੰ ਹੈਂਡਲ ਕਰੋ ਜੀ, ਤੁਸੀਂ ਗਲਤੀਆਂ ਤੁਹਾਡੀਆਂ ਨੇ ਦੂਜਿਆਂ ਸਿਰ ਮੜਦੇ ਹੋ, ਹੁਣ ਜਿਹੜੀ ਇਹ ਗੱਲ ਆ ਕਿਸੇ ਨੂੰ ਫੜਨ ਨਾ ਫੜਨ ਲੋਕਾਂ ਦਾ ਇਹ ਆ ਵੀ ਜਿਹਦਾ ਜਿੰਨਾ ਦੋਸ਼ ਆ ਉਹ ਸਾਹਮਣੇ ਆਉਣਾ ਚਾਹੀਦਾ ਜੀ ਜੀ, ਜਿਹਦਾ ਦੋਸ਼ ਸਾਹਮਣੇ ਆਊ ਉਹ ਅਦਾਲਤ ਦੇ ਵਿੱਚ ਵੀ ਜਾਊ, ਆਪਾਂ ਵੀ ਇਸ ਮੰਚ ਤੋਂ ਹੀ ਕਰਾਂਗੇ ਸਾਨੂੰ ਨਹੀਂ ਪਤਾ ਦੋਸ਼ੀ ਕੌਣ ਜੀ ਵੱਖਰੀ ਗੱਲ ਆ ਜੀ 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 ਮਾਲੀ ਸਾਹਿਬ ਆਪਣੇ ਕੋਲ ਨਾ ਮਿੰਟ ਤਿੰਨ ਕਿ
ਦੋ ਤਿੰਨ ਕੀ ਰਹਿ ਗਏ ਆ, ਮੇਰਾ ਅਖੀਰਲਾ ਕੁਐਸਚਨ ਹੈ ਇੱਥੇ, ਤੁਸੀਂ ਦੋ ਤਿੰਨ ਮਿੰਟ ਆਪਦਾ ਚਾਨਣਾ ਪਾਇਓ ਅਤੇ ਆਪਾਂ ਅੱਗੇ ਫਿਰ ਜੁੜਾਂਗੇ, ਕਿਉਂਕਿ ਕੁਐਸਚਨ ਅੱਜ ਵੀ ਰਹਿ ਗਏ ਆ। ਮਾਲੀ ਸਾਹਿਬ, ਕਦੋਂ ਉਹ ਦਿਨ ਆਊਗਾ ਜਦੋਂ ਰਾਜਨੀਤਿਕ ਪਾਰਟੀਆਂ, ਜਦੋਂ ਵੀ ਇਲੈਕਸ਼ਨ ਆਉਣ ਵਾਲਾ ਹੋਊਗਾ, ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ ਮੁੱਦਿਆਂ ਦੀ ਗੱਲ ਕਰਨਗੇ ਕਿ ਹੁਣ ਜੇ ਵੇਰੀਐਂਟ ਜਿਹੜਾ ਤੀਸਰਾ, ਅੱਜ ਪੰਜਾਬ 'ਚ ਵੀ ਨੋਟ ਕਰ ਲਿਆ ਗਿਆ ਡੇਲਟਾ ਵੇਰੀਐਂਟ ਆ, ਉਹਦੇ ਨਾਲ ਤੀਜੀ ਵੇਵ ਆ ਸਕਦੀ ਹੈ। ਡਾਕਟਰ ਕਹਿੰਦੇ ਕਿ ਜ਼ਰੂਰੀ ਨਹੀਂ ਉਹਦੇ ਨਾਲ ਹੀ ਆਵੇ, ਕੋਈ ਹੋਰ ਚੱਕਰ ਵੀ ਬਣ ਸਕਦਾ। ਮੁੱਦੇ ਇਹ ਆ ਕਿ ਜੇ ਤੀਜੀ ਵੇਵ ਆ ਗਈ ਤਾਂ ਕੀ ਸਾਡੇ ਕੋਲ ਆਕਸੀਜਨ ਕੰਸਨਟ੍ਰੇਟਰ ਹੈ, ਕੀ ਸਾਡੇ ਕੋਲ ਇੰਨੇ ਇਨਫ ਬੈਡਸ ਹੈ, ਡਾਕਟਰ ਨਰਸਿਸ ਹੈਗੀਆਂ, ਕੀ ਸਾਨੂੰ ਆਹ ਸਾਰਾ ਇੰਤਜ਼ਾਮ ਕਰ ਲਈਏ ਤਾਂ ਕਿ ਘੱਟ ਤੋਂ ਘੱਟ ਆਪਣੇ ਜਾਨਾਂ ਜਾਣ ਇਸ ਬਿਮਾਰੀ 'ਚੋਂ। ਉਸ ਤੋਂ ਬਾਅਦ ਡਰੱਗਸ ਦਾ ਇਸ਼ੂ ਆ, ਲਾਅ ਐਂਡ ਆਰਡਰ ਦੀ ਪ੍ਰੋਬਲਮ ਆ, ਇੰਪਲੋਇਮੈਂਟ ਦੀ ਪ੍ਰੋਬਲਮ ਆ, ਕਦੋਂ ਉਹਦੇ ਨਾਲ ਆਊਗਾ ਜਦੋਂ ਆਹ ਚੀਜ਼ਾਂ 'ਤੇ ਕਹਿਣਗੇ ਆਪਾਂ ਆਹ ਕਰਾਂਗੇ, ਬਜਾਏ ਕਿ ਮੈਂ ਗਲਵਕੜੀ ਮਾਲੀ ਸਾਹਿਬ ਨੂੰ ਪਾ ਲਾਂ, ਤੁਸੀਂ ਸਾਡੇ ਆ ਲਾ ਜਾਓ, ਤੁਹਾਨੂੰ ਡਿਪਟੀ ਸੀ ਐਮ ਬਣਾ ਦਾਂਗੇ, ਜਾਂ ਇਹ ਕਰ ਦਾਂਗੇ, ਜਾਂ ਤੁਸੀਂ ਮੈਨੂੰ ਸੱਦ ਲਓ, ਜਾਂ ਫਿਰ ਮੈਂ ਕੋਈ ਹੋਰ ਏਜੰਡਾ ਹੋਰ ਇੱਕ ਦੂਜੇ 'ਤੇ ਚਿੱਕੜ ਛਿੱਟੀ ਆਵਾਂ, ਉਹ ਕਦੋਂ ਦਿਨ ਆਊਗਾ? ਮਿੰਟ ਦੋ ਤਿੰਨ ਨੇ ਜੀ, ਵਾਇੰਡ ਅਪ ਕਰੋ। ਗੁਰਲਾਲ ਸਿੰਘ ਦੀ ਗੱਲ ਇਹ ਆ, ਬਹੁਤ ਵੱਡਾ ਕ੍ਰਾਈਸਿਸ ਆ, ਸਿਸਟਮ ਕੋਲੈਪਸ ਹੋ ਗਿਆ ਭਾਰਤ ਦਾ ਸਿਸਟਮ, ਜਿਹੜਾ ਸਿਹਤ ਦੀ ਆਪਾਂ ਗੱਲ ਕਰਦੇ ਹਾਂ ਉਹ ਕੋਲੈਪਸ ਹੋ ਗਿਆ ਬੁਰੀ ਤਰ੍ਹਾਂ। ਤੁਸੀਂ ਇਹ ਦੇਖੋ ਐਜੂਕੇਸ਼ਨ ਸਿਸਟਮ ਆ ਜਿਹੜਾ ਉਹ ਵੀ ਬੁਰੀ ਤਰ੍ਹਾਂ ਕਰਮਰਾ ਗਿਆ, ਕਾਲਜ ਬੰਦ ਨੇ, ਸੰਸਥਾਵਾਂ ਬੰਦ ਨੇ, ਹੁਣ ਸੁਪਰੀਮ ਕੋਰਟ ਨੂੰ ਫੈਸਲਾ ਦੇਣਾ ਪਿਆ ਕਿ ਸਾਰੇ ਮੁਲਕ ਦੇ ਵਿੱਚ ਇਕਸਾਰ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਸਕਦਾ ਪਾਸ ਕਰਨ ਦਾ, ਫੇਲ ਕਰਨ ਦਾ, ਰਾਜਾਂ ਦੇ ਬੋਰਡ ਕਰਨ। ਤੇ ਇਹ ਉਹੀ ਹੈ ਨਾ ਜੀ, ਸਿੱਖਿਆ ਦਾ ਮਸਲਾ ਰਾਜਾਂ ਦਾ ਸੀ ਮਸਲਾ, 1976 ਚ ਐਮਰਜੈਂਸੀ ਚ ਇੰਦਰਾ ਗਾਂਧੀ ਨੇ ਰਾਜਾਂ ਤੋਂ ਖੋਹ ਕੇ ਸਾਂਝੀ ਸੂਚੀ ਚ ਪਾ ਲਿਆ, ਹੁਣ ਜਦੋਂ ਸੰਕਟ ਆ ਗਿਆ ਉਹ ਵੀ ਸਾਹਮਣੇ ਆ ਗਿਆ ਵੀ ਰਾਜ ਹੱਲ ਕਰਨ। ਸੋ ਇਹ ਸੰਵਾਦ ਦੀ ਲੋੜ ਆ, ਨੀਤੀਆਂ ਪਾਲਿਸੀਆਂ ਨੂੰ ਬਦਲਣ ਦੀ ਲੋੜ ਆ, ਜਿਹਦੇ ਵਿੱਚ ਵੱਡੀ ਗੱਲ ਆ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ। ਕਿਸਾਨ ਅੰਦੋਲਨ ਦੀ ਇੱਕ ਅਹਿਮੀਅਤ ਇਹ ਵੀ ਆ ਵੀ ਇਹਨੇ ਲੋਕਾਂ 'ਚ ਨਵੀਂ ਚੇਤਨਾ, ਨਵੀਂ ਜਾਗਰੂਕਤਾ ਲਿਆਂਦੀ ਆ, ਉਹਨਾਂ ਦੇ ਵਿੱਚ ਇੱਕ ਹੌਸਲਾ ਲਿਆਂਦਾ ਕਿ ਲੜਿਆ ਜਾ ਸਕਦਾ, ਜਿੱਤਿਆ ਜਾ ਸਕਦਾ, ਫੈਸਲੇ ਬਦਲਾਏ ਜਾ ਸਕਦੇ ਨੇ। ਅੰਤਿਮ ਤੌਰ ਤੇ ਫੈਸਲਾ ਜਿਵੇਂ ਕਹਿੰਦੇ ਨਾ, ਸ਼ਾਹ ਮੁਹੰਮਦ ਅੰਤ ਨੂੰ ਉਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਨੂੰ ਆ। ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਚੇਤਨ ਨਹੀਂ ਹੁੰਦੇ, ਲਾਮਬੰਦ ਨਹੀਂ ਹੁੰਦੇ, ਉਦੋਂ ਤੱਕ ਇਹਨਾਂ ਸਿਆਸੀ ਪਾਰਟੀਆਂ ਨੂੰ ਲੀਹ ਤੇ ਨਹੀਂ ਲਿਆਂਦਾ ਜਾ ਸਕਦਾ, ਇਹਨਾਂ ਦੀ ਜਵਾਬਦੇਹੀ ਨਹੀਂ ਤੈਅ ਹੁੰਦੀ। ਜਦੋਂ ਤੱਕ ਚੋਣਾਂ ਨੇ ਜਿਹੜੀਆਂ ਉਹ ਇੱਕ ਪੈਸੇ ਦਾ ਐਡਾ ਵੱਡਾ ਖੇਲ ਬਣਾਤੀਆਂ ਕਿ ਬੰਦੀ ਬਾਹਰ ਨਿਕਲ ਗਏ ਤਾਂ ਲੜੇ ਨਹੀਂ ਸਕਦੇ, ਮਤਲਬ ਇਹ ਇੱਕ ਵਪਾਰ ਬਣ ਗਿਆ। ਜਿਵੇਂ ਅੱਜ ਕੱਲ੍ਹ ਇਹ ਕਿਹਾ ਜਾਂਦਾ ਨਾ ਜੀ ਵੀ ਖਾਲਿਸਤਾਨ ਦਾ ਜਿਹੜਾ ਏਜੰਡਾ ਉਹ ਇੱਕ ਮੰਤਰੀ ਵਪਾਰ ਬਣ ਗਿਆ, ਦੂਜਾ ਸੇਵਾ ਦਾ ਏਜੰਡਾ ਇਹ ਵੀ ਇੱਕ ਵਪਾਰ ਬਣ ਗਿਆ, ਰਾਜਨੀਤੀ ਵੀ ਇੱਕ ਵਪਾਰ ਬਣ ਗਈ, ਧੰਦਾ ਬਣ ਗਈ। ਇਹ ਰਾਜਨੀਤੀ ਨੂੰ ਧੰਦੇ ਨੂੰ ਖਤਮ ਕਰਨ ਲਈ ਅਫਸਰਸ਼ਾਹਾਂ ਦਾ, ਸਿਆਸਤਦਾਨਾਂ ਦਾ, ਮਾਇਆਧਾਰੀਆਂ ਦਾ ਗੱਠਜੋੜਾ ਜਿਹੜਾ ਉਹ ਤੋੜਨਾ ਪੈਣਾ। ਟੁੱਟੂ ਤਾਂ ਹੀ ਜੇ ਲੋਕ ਖੁਦ ਆਪ ਮੁੱਦਿਆਂ ਤੇ ਆਉਣਗੇ, ਤਾਂ ਇਹਨਾਂ ਨੂੰ ਮੁੱਦਿਆਂ ਤੇ ਆਉਣਾ ਪੈਣਾ ਜੀ। ਜੀ ਮਾਲੀ ਸਾਹਿਬ, ਕਿਤੇ ਗੱਲ ਉਹ ਨਾ ਹੋ ਜੇ ਹੁਣ 2022 ਆਉਣ ਵਾਲਾ, ਆਪਾਂ ਪੰਜਾਬ, ਸੋਹਣੇ ਪੰਜਾਬ ਦੀ ਗੱਲ ਕਰ ਰਹੇ ਹਾਂ। ਹੁਣ ਜੋ ਹੈ ਹਮਲਾ ਮਾਰਨ ਦੀ ਜ਼ਰੂਰਤ ਹੈ ਤੁਹਾਡੇ ਵਰਗੇ ਬੁੱਧੀਜੀਵੀਆਂ ਨੂੰ, ਲੋਕਾਂ ਨੂੰ ਬਾਹਰ ਕੱਢ ਕੇ, ਕਿ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ, ਉਹਨਾਂ ਦਾ ਹੱਕ ਆ, ਜਿੱਥੇ ਮਰਜ਼ੀ ਪਾ ਸਕਦੇ ਹਾਂ, ਲੇਕਿਨ ਪਾਇਓ ਉਹਨੂੰ ਜਿਹੜਾ ਬੰਦਾ ਸੱਚ ਹੱਕ 'ਤੇ ਖੜ ਸਕੇ। ਕਿਤੇ ਉਹੀ ਗੱਲ ਫੇਰ ਨਾ ਹੋ ਜਾਵੇ ਕਿ ਸ਼ਾਹ ਮੁਹੰਮਦ ਆ ਸਦਕੇ ਜਾਵਾਂ ਇਹਨਾਂ ਸਰਦਾਰਾਂ ਨੇ ਜਿਨ੍ਹਾਂ ਨੇ ਰੱਜ ਕੇ ਤੇਗਾਂ ਮਾਰੀਆਂ ਨੇ, ਪਰ ਕਿਤੇ ਉਹ ਨਾ ਹੋਵੇ ਕਿ ਇੱਕ ਸਰਦਾਰ ਵਜੋਂ ਫੌਜਾਂ ਅੰਤ ਨੂੰ ਜਿੱਤ ਕੇ ਹਾਰੀਆਂ ਨੇ, ਕਿਤੇ ਉਹ ਗੱਲ ਨਾ ਹੋ ਜਾਵੇ। ਤੁਸੀਂ ਅੱਜ ਮਾਲੀ ਸਾਹਿਬ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਐਸਚਨ ਬਹੁਤ ਸੀ, ਜੰਮੂ ਕਸ਼ਮੀਰ ਦੇ ਮੇਰੇ ਕੁਐਸਚਨ ਸੀ, ਕਿਸਾਨ ਅੰਦੋਲਨ ਨੂੰ ਸੀ, ਆਪਾਂ ਫਿਰ ਕਿਸ ਦਿਨ ਟਾਈਮ ਲਾਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ ਜੀ, ਅਤੇ ਇਹਨਾਂ ਦਾ ਧੰਨਵਾਦ, ਇਹ ਸਾਡੇ ਨਾਲ ਬਣੇ ਹੋਏ ਸੀ, ਅਤੇ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਅਗਲੇ ਹਫਤੇ ਨਵੀਆਂ ਸ਼ਖਸੀਆਂ ਤੁਹਾਨੂੰ, ਜਿਹੜੇ ਸ਼ਖਸੀਅਤਾਂ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਮੈਨੂੰ ਗੁਰਲਾਲ ਨੂੰ ਇੱਥੇ ਇਜਾਜ਼ਤ ਦਿਓ, ਆਪਣਾ ਬਹੁਤ ਖਿਆਲ ਰੱਖਣਾ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਸ਼ਬਾ ਖੈਰ।